ਸਵਾਗਤ ਹੈ ਦੋਸਤੋ ਤੁਹਾਡਾ, ਮੈਂ ਭੁਪਿੰਦਰ ਸਿੰਘ ਸੱਜਣ। ਦੋਸਤੋ, ਸਭ ਤੋਂ ਪਹਿਲਾਂ ਬੇਨਤੀ ਕਰਨੀ ਚਾਹੂੰਗਾ ਕਿ ਸਾਡਾ ਇਹ ਜਿਹੜਾ ਚੈਨਲ ਹੈਗਾ ਜਿੱਥੇ ਤੁਸੀਂ ਮੈਨੂੰ ਇਸ ਵੇਲੇ ਸੁਣ ਰਹੇ ਹੋ, ਇਹਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ। ਔਰ ਕਿਉਂਕਿ ਸਾਡਾ ਜਿਹੜਾ ਪਹਿਲਾ ਚੈਨਲ ਸੀਗਾ ਆਪਣਾ ਸਾਂਝਾ ਪੰਜਾਬ, ਉਹਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਅਸੀਂ ਨਵਾਂ ਇੱਕ ਚੈਨਲ ਸ਼ੁਰੂ ਕੀਤਾ ਸੀਗਾ, ਉਹਨੂੰ ਵੀ ਭਾਰਤ ਵਿੱਚ ਕੁਝ ਹੀ ਸਮੇਂ ਬਾਅਦ ਬੈਨ ਕਰ ਦਿੱਤਾ ਗਿਆ, ਅਤੇ ਹੁਣ ਫਿਰ ਆਪਾਂ ਆਹ ਜਿਹੜਾ ਨਵਾਂ ਚੈਨਲ ਹੈਗਾ ਇਹਨੂੰ ਸ਼ੁਰੂ ਕੀਤਾ ਹੈਗਾ। ਸੋ ਜੇ ਤੁਹਾਨੂੰ ਸਾਡੀਆਂ ਸਾਰੀਆਂ ਗੱਲਾਂ ਬਾਤਾਂ ਚੰਗੀਆਂ ਲੱਗਣ ਤਾਂ ਫਿਰ ਤੁਸੀਂ ਇਸ ਵੀਡੀਓ ਨੂੰ ਵੀ ਸ਼ੇਅਰ ਜ਼ਰੂਰ ਕਰਿਓ, ਅਤੇ ਹੋਰ ਵੀ ਬਹੁਤ ਸਾਰੇ ਸੱਜਣ ਮਿੱਤਰ ਤੁਹਾਡੇ ਆਸੇ ਪਾਸੇ ਹੋਣਗੇ, ਤੁਸੀਂ ਉਹਨਾਂ ਦੇ ਕੋਲੋਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਵਾ ਲਿਓ। ਇਹ ਮੈਂ ਤੁਹਾਨੂੰ ਇਸ ਕਰਕੇ ਬੇਨਤੀ ਕਰਦਾ ਕਿ ਸਬਸਕ੍ਰਾਈਬ ਜ਼ਰੂਰ ਕਰਵਾ ਲਿਓ, ਕਿਉਂਕਿ ਚੈਨਲ ਕਿਹਨਾਂ ਦੇ ਬੰਦ ਹੁੰਦੇ ਨੇ ਆਪਾਂ ਸਾਰੇ ਜਣੇ ਇਸ ਗੱਲ ਨੂੰ ਸਮਝ ਸਕਦੇ ਹਾਂ ਕਿ ਭਾਰਤ ਦੀ ਸਰਕਾਰ ਨੂੰ ਜਿਹੜੀਆਂ ਗੱਲਾਂ ਸਾਡੀਆਂ ਚੰਗੀਆਂ ਨਹੀਂ ਲੱਗਦੀਆਂ ਫਿਰ ਉਹ ਉਹਨਾਂ ਨੂੰ ਫਿਰ ਬੈਨ ਕਰ ਦਿੰਦੀ ਆ। ਜਿਹੜੇ ਚੈਨਲ ਜਾਂ ਜਿਹੜੇ ਪੱਤਰਕਾਰ ਜਾਂ ਜਿਹੜੀ ਵੀ ਕੋਈ ਵੀਡੀਓ ਲੱਗਦਾ ਉਹਨਾਂ ਨੂੰ ਕਿ ਨਹੀਂ ਜੀ ਇਹ ਸਾਨੂੰ ਫਿੱਟ ਨਹੀਂ ਬਹਿੰਦੀ ਹੈਗੀ, ਉਹਨਾਂ ਨੂੰ ਫਿਰ ਉਹ ਭਾਰਤ ਦੇ ਵਿੱਚੋਂ ਬੈਨ ਕਰਵਾਉਂਦੇ ਆ। ਸੋ ਮੈਨੂੰ ਲੱਗਦਾ ਕਿ ਉਹਨਾਂ ਨੂੰ ਜਵਾਬ ਦੇਣ ਦਾ ਇੱਕ ਆਹੀ ਵਧੀਆ ਤਰੀਕਾ ਹੈਗਾ ਕਿ ਤੁਸੀਂ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਉਹ ਚਾਹੁੰਦੇ ਆ ਕਿ ਅਸੀਂ ਅੱਕ ਜਾਈਏ, ਥੱਕ ਜਾਈਏ, ਚੁੱਪ ਕਰਕੇ ਘਰ ਬਹਿ ਜਾਈਏ, ਅਸੀਂ ਫਿਰ ਇਹ ਜਿਹੜਾ ਪਲੇਟਫਾਰਮ ਹੈਗਾ ਇਹ ਤੋਂ ਲਾਂਭੇ ਹੋ ਜਾਈਏ, ਪਰ ਜਿੰਨਾ ਚਿਰ ਤੁਸੀਂ ਸਾਰੇ ਜਣੇ ਪਿਆਰ ਦਿੰਦੇ ਰਹੋਗੇ ਅਸੀਂ ਇਹ ਤੋਂ ਲਾਂਭੇ ਨਹੀਂ ਹੋਵਾਂਗੇ। ਇਸ ਕਰਕੇ ਤੁਸੀਂ ਵੀਡੀਓ ਨੂੰ ਵੱਧ ਸ਼ੇਅਰ ਜ਼ਰੂਰ ਕਰ ਦਿਓ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ। ਆਓ ਆਪਾਂ ਗੱਲਬਾਤ ਕਰਦੇ ਹਾਂ ਬੀਤੀ ਕੱਲ੍ਹ ਹਲਕਾ ਖਡੂਰ ਸਾਹਿਬ ਬਾਰੇ ਗੱਲਬਾਤ ਕਰਾਂਗੇ। ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਆ, ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਇਲੈਕਸ਼ਨ ਲੜ ਰਹੇ ਆ, ਉਹ ਇਤਰਾਜ਼ ਕਰਦੇ ਆ। ਵਿਰਸਾ ਸਿੰਘ ਵਲਟੋਆ ਹੋਰੀ ਵੀ, ਉਹਨਾਂ ਦੇ ਹੋਰ ਵੀ ਵੱਡੇ ਆਗੂ ਇਤਰਾਜ਼ ਕਰਦੇ ਹੋ ਸਕਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨਹੀਂ ਜੀ, ਸ਼੍ਰੋਮਣੀ ਅਕਾਲੀ ਦਲ ਕਹੋ। ਪਰ ਮੈਂ ਬੇਨਤੀ ਕਰਾਂ, ਮੈਂ ਸਪੈਸ਼ਲ ਬਾਦਲ ਲਫਜ਼ ਇਸ ਕਰਕੇ ਬੋਲਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਕਦੀ ਹੋਇਆ ਕਰਦਾ ਸੀਗਾ ਪੰਥਕ ਪਾਰਟੀ। ਉਸ ਤੋਂ ਬਾਅਦ ਆਪਾਂ ਸਾਰੇ ਜਣੇ ਜਾਣਦੇ ਹਾਂ ਕਿ ਮੋਗਾ ਕਾਨਫਰੰਸ ਦੇ ਵਿੱਚ ਇਹਨਾਂ ਨੇ ਉਸ ਪੰਥਕ ਪਾਰਟੀ ਨੂੰ ਇਹਨਾਂ ਨੇ ਪੰਜਾਬੀ ਪਾਰਟੀ ਐਲਾਨਿਆ। ਉਸ ਤੋਂ ਬਾਅਦ ਇਸ ਵੇਲੇ ਅਣਐਲਾਨਿਆ ਹੋਇਆ ਪਰਿਵਾਰਕ ਦਲ ਬਣ ਕੇ ਰਹਿ ਚੁੱਕਾ ਬਾਦਲ ਕਿਆਂ ਦਾ, ਇਸ ਕਰਕੇ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਹਾਂ, ਅਤੇ ਹੋਰ ਬਹੁਤ ਸਾਰੇ ਲੋਕ ਵੀ ਇੱਦਾਂ ਹੀ ਕਹਿ ਦਿੰਦੇ ਨੇ। ਇੱਕ ਗੱਲ ਇਹ ਆ, ਅਤੇ ਦੂਜੀ ਗੱਲ ਉਹਦੇ ਕਈ ਵਾਰੀ ਜਿੱਦਾਂ ਮੂੰਹ ਚੜਿਆ ਹੁੰਦਾ ਹੈਗਾ ਇਸ ਕਰਕੇ ਵੀ ਇੱਦਾਂ ਕਹਿਤਾ ਜਾਂਦਾ ਹੈਗਾ। ਖੈਰ ਚਲੋ, ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸੰਬੰਧ ਵਿੱਚ ਕੱਲ੍ਹ ਉਹਨਾਂ ਨੇ ਉੱਥੇ ਰੈਲੀ ਨੂੰ ਸੰਬੋਧਨ ਕਰਦੇ ਆ, ਕਿਉਂਕਿ ਚੋਣਾਂ ਦਾ ਸੀਜ਼ਨ ਹੈਗਾ, ਚੋਣਾਂ ਪ੍ਰਚਾਰ ਕਰ ਰਹੇ ਹੈਗੇ ਆ। ਵਿਰਸਾ ਸਿੰਘ ਵਲਟੋਆ ਹੋਰਾਂ ਦੇ ਹੱਕ ਦੇ ਵਿੱਚ ਵਲਟੋਆ ਜੀ ਨਾਲ ਖੜ੍ਹੇ ਆ, ਔਰ ਸੁਖਬੀਰ ਬਾਦਲ ਜੀ ਸਪੀਚ ਕਰ ਰਹੇ ਆ। ਔਰ ਜਦੋਂ ਕੱਲ੍ਹ ਉਹਨਾਂ ਨੇ ਸਪੀਚ ਕੀਤੀ ਆ, ਅਤੇ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸੰਬੰਧ ਵਿੱਚ ਕਾਫੀ ਜ਼ਿਆਦਾ ਗੱਲਾਂ ਬਾਤਾਂ ਕੀਤੀਆਂ ਨੇ, ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨੇ ਇੱਕ ਇੱਕ ਕਰਕੇ ਉਹਨਾਂ ਸਾਰੀਆਂ ਗੱਲਾਂ ਦੇ ਜਵਾਬ ਦੇਣ ਦੀ ਮੈਂ ਕੋਸ਼ਿਸ਼ ਕਰੂੰਗਾ। ਸਭ ਤੋਂ ਪਹਿਲਾਂ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਅੰਮ੍ਰਿਤਪਾਲ ਸਿੰਘ ਜਿਸ ਗੱਲ ਨੂੰ ਲੈ ਕੇ ਦੁਬਈ ਤੋਂ ਪੰਜਾਬ ਦੇ ਵਿੱਚ ਆ ਕੇ, ਕਿਉਂਕਿ ਮੈਂ ਸ਼ੁਰੂ ਵਿੱਚ ਇੰਟਰਵਿਊ ਕੀਤੀ ਸੀਗੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ, ਗੱਲਬਾਤ ਕੀਤੀ ਸੀ, ਇਹ ਵੀ ਗੱਲਬਾਤ ਕੀਤੀ ਸੀ, ਪੁੱਛਿਆ ਸੀਗਾ ਸਵਾਲ ਭਈ ਤੁਸੀਂ ਇੱਥੇ ਆਏ ਹੋ, ਬਈ ਕੀ ਕਰੋਗੇ, ਇੱਥੇ ਪਹਿਲਾਂ ਬਹੁਤ ਕੁਝ ਵਾਪਰਿਆ ਹੈਗਾ, ਇੱਥੇ ਤਾਂ ਜਿਹੜੇ ਹੱਕ ਸੱਚ ਅਤੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕਰਦੇ, ਇੱਥੇ ਤਾਂ ਉਹਨਾਂ ਨੂੰ ਕੋਹ ਕੋ ਕੇ ਸ਼ਹੀਦ ਤੱਕ ਵੀ ਕਰ ਦਿੱਤਾ ਗਿਆ, ਇੱਥੇ ਤਾਂ ਫੇਕ ਐਨਕਾਊਂਟਰ ਵੀ ਹੋ ਗਿਆ, ਇੱਥੇ ਤਾਂ ਬਹੁਤ ਕੁਝ ਵਾਪਰਿਆ, ਹੈ ਨਾ ਜੀ। ਸੋ ਇੱਦਾਂ ਦੀਆਂ ਗੱਲਾਂਬਾਤ ਆਪਾਂ ਕੀਤੀਆਂ ਸੀ, ਅਤੇ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਆਖਿਆ ਸੀਗਾ ਕਿ ਕੋਈ ਗੱਲ ਨਹੀਂ, ਮੈਂ ਉੱਥੋਂ ਚੱਲ ਕੇ ਆਇਆ ਹੈਗਾ, ਆਪਾਂ ਕੋਸ਼ਿਸ਼ ਕਰੀਏ, ਆਪਾਂ ਬਹੁਤ ਕੁਛ ਚੰਗਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਬਾਅਦ ਆਪਾਂ ਸਾਰੇ ਜਣੇ ਜਾਣਦੇ ਹਾਂ ਕਿ ਅੰਮ੍ਰਿਤਪਾਲ ਸਿੰਘ ਕਿਸ ਲੈਵਲ ਦੀ ਗੱਲ ਕਰਿਆ ਕਰਦਾ ਸੀਗਾ। ਉਸ ਤੋਂ ਬਾਅਦ ਫਿਰ ਦਿਬਰੂਗੜ੍ਹ ਜੇਲ੍ਹ ਤੱਕ ਦਾ ਸਫ਼ਰ ਆਪਾਂ ਸਾਰੇ ਜਣੇ ਜਾਣਦੇ ਹਾਂ, ਆਪਾਂ ਪਿੱਛੇ ਜਦੋਂ ਵੀ ਸਾਰਾ ਕੁਛ ਵਾਪਰਿਆ ਆਪਾਂ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਹੀ ਰਹੇ ਹਾਂ। ਹੁਣ ਸੁਖਬੀਰ ਬਾਦਲ ਔਰ ਉਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਲੋਕ ਇਹ ਗੱਲ ਕਹਿ ਰਹੇ ਨੇ ਕਿ ਅੰਮ੍ਰਿਤਪਾਲ ਸਿੰਘ ਹੋਰੀ ਕੱਲ੍ਹ ਇੱਥੇ ਦੀ ਗੱਲ ਕਰਦੇ ਸੀਗੇ ਜੀ ਖਾਲਸਾ ਰਾਜ ਦੀ, ਹੁਣ ਉਹ ਮੈਂਬਰ ਪਾਰਲੀਮੈਂਟ ਤੱਕ, ਕੱਲ੍ਹ ਉਹ ਇਹ ਗੱਲ ਕਰਦੇ ਸੀਗੇ ਕਿ ਮੈਂ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦਾ, ਅੱਜ ਭਾਰਤ ਦੇ ਸੰਵਿਧਾਨ ਦੀ ਫਿਰ ਉਹ ਸਹੁੰ ਚੁੱਕਣਗੇ। ਅੱਜ ਜਦੋਂ ਹੁਣ ਇਲੈਕਸ਼ਨ ਲੜਨ ਵਾਸਤੇ ਜਦੋਂ ਫੋਰਮ ਭਰੇ ਜਾਣੇ ਆ, ਅਤੇ ਉੱਥੇ ਵੀ ਫਿਰ ਉਹਨਾਂ ਨੂੰ ਇਹ ਗੱਲ ਲਿਖਣੀ ਪਊਂਗੀ ਕਿ ਮੈਂ ਭਾਰਤ ਦਾ ਜਿਹੜਾ ਸੰਵਿਧਾਨ ਹੈਗਾ
ਉਹਦੇ ਵਿੱਚ ਭਰੋਸਾ ਰੱਖਦਾ ਹੈਗਾ ਵਗੈਰਾ ਵਗੈਰਾ। ਅਤੇ ਕੱਲ੍ਹ ਸੁਖਬੀਰ ਬਾਦਲ ਹੋਰਾਂ ਨੇ ਵੀ ਕੁਛ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨੇ, ਆਓ ਇੱਕ ਇੱਕ ਕਰਕੇ ਵਿਚਾਰਦੇ ਹਾਂ। ਪਹਿਲਾਂ ਤਾਂ ਜਦੋਂ ਸੁਖਬੀਰ ਬਾਦਲ ਹੋਰਾਂ ਨੇ ਗੱਲ ਸ਼ੁਰੂ ਕੀਤੀ ਹੈ ਅੰਮ੍ਰਿਤਪਾਲ, ਅੰਮ੍ਰਿਤਪਾਲ ਸਿੰਘ ਲਫਜ਼ ਨਾਲ ਲਾਉਣਾ ਮੁਨਾਸਿਬ ਹੀ ਨਹੀਂ ਸਮਝਿਆ। ਮੈਨੂੰ ਲੱਗਦਾ ਕਿ ਅੰਮ੍ਰਿਤਧਾਰੀ ਸਿੰਘ ਹੈ, ਜੇ ਅੰਮ੍ਰਿਤਧਾਰੀ ਕੋਈ ਸਿੰਘ ਨਹੀਂ ਵੀ ਹੈਗਾ ਪਰ ਉਹਦਾ ਪੂਰਾ ਨਾਮ ਜੋ ਵੀ ਹੈ ਪੂਰਾ ਨਾਮ ਤਾਂ ਲੈਣਾ ਹੀ ਪਊਗਾ ਨਾ। ਜੇ ਕਿਸੇ ਦਾ ਨਾਮ ਅੰਮ੍ਰਿਤਪਾਲ ਸਿੰਘ ਹੈ ਤਾਂ ਅੰਮ੍ਰਿਤਪਾਲ ਸਿੰਘ ਹੀ ਲੈਣਾ ਪਊਗਾ। ਸੁਖਬੀਰ ਸਿੰਘ ਬਾਦਲ ਹੈ ਤਾਂ ਸੁਖਬੀਰ ਸਿੰਘ ਬਾਦਲ ਹੀ ਕਹਿਣਾ ਪਊਗਾ, ਹੈ ਨਾ। ਹੁਣ ਸੁਖਬੀਰ ਬਾਦਲ ਆਪਾਂ ਆਮ ਕਰਕੇ ਕਹਿ ਜ਼ਰੂਰ ਦਿੰਦੇ ਹਾਂ ਕਿਉਂਕਿ ਕਈ ਵਾਰ ਮੂੰਹ 'ਤੇ ਚੜ ਜਾਂਦਾ ਹੈਗਾ ਜਦੋਂ ਕੋਈ ਸਿੰਘ ਅੰਮ੍ਰਿਤ ਛਕ ਲੈਂਦਾ ਹੈਗਾ ਕੋਈ ਵੀ ਸਿੱਖ, ਅਤੇ ਉਸ ਤੋਂ ਬਾਅਦ ਉਹਦੇ ਨਾਂ ਦੇ ਪਿੱਛੇ ਗੋਤ ਲਾਉਣਾ ਉਹ ਫਿਰ ਠੀਕ ਨਹੀਂ ਲੱਗਦਾ ਹੈਗਾ। ਪਰ ਕਈ ਵਾਰ ਨਾ ਕਈਆਂ ਦੇ ਮੂੰਹ ਦੇ ਉੱਪਰ ਚੜਿਆ ਹੁੰਦਾ, ਕਈਆਂ ਦੇ ਨਾਮ ਹੀ ਉਸ ਕਾਸਟ ਦੇ ਆਧਾਰ ਦੇ ਉੱਤੇ ਜਾਂ ਗੋਤ ਜਿਹੜਾ ਉਹਨਾਂ ਦਾ ਹੁੰਦਾ ਹੈਗਾ, ਜਿੱਦਾਂ ਸਿਮਰਨ ਸਿੰਘ ਮਾਨ। ਸਿਮਰਨ ਮਾਨ ਕੀ ਹੋਇਆ ਭਲਾ? ਹੁਣ ਕਈ ਵਾਰ ਇਕੱਲਾ ਮਾਨ ਕਹਿ ਕੇ ਵੀ ਬੁੱਤਾ ਲੱਗ ਜਾਂਦਾ ਹੈਗਾ ਕਿ ਸਰਦਾਰ ਮਾਨ ਨੇ ਆਹ ਗੱਲ ਕਹੀ, ਸੋ ਉਹ ਇੱਕ ਤਖੱਲਸ ਵਜੋਂ ਹੀ ਬਣ ਕੇ ਰਹਿ ਜਾਂਦਾ ਹੈਗਾ, ਉਸ ਵੇਲੇ ਫਿਰ ਉਹਦੀ ਬੁਕਤ ਨਹੀਂ ਰਹਿੰਦੀ। ਅੰਮ੍ਰਿਤਪਾਲ ਸਿੰਘ, ਅੰਮ੍ਰਿਤਪਾਲ ਸਿੰਘ ਨੂੰ ਤਾਂ ਅੰਮ੍ਰਿਤਪਾਲ ਸਿੰਘ ਹੀ ਕਹਿੰਦੇ ਸਾਰੇ, ਜਾਂ ਵੱਧ ਤੋਂ ਵੱਧ ਮੂਹਰੇ ਕੋਈ ਭਾਈ ਲਫਜ਼ ਲਾਉਂਦਾ ਹੈਗਾ ਕਿ ਭਾਈ ਅੰਮ੍ਰਿਤਪਾਲ ਸਿੰਘ, ਪਰ ਇਹਨਾਂ ਨੇ ਸਿੰਘ ਲਫਜ਼ ਵੀ ਲਾਉਣਾ ਮੁਨਾਸਿਬ ਨਹੀਂ ਸਮਝਿਆ। ਖੈਰ ਚਲੋ ਉਸ ਤੋਂ ਅੱਗੇ ਆ ਜਾਓ। ਸੁਖਬੀਰ ਬਾਦਲ ਹੋਰਾਂ ਨੇ ਕੱਲ੍ਹ ਇਹ ਗੱਲ ਆਖੀ ਆ, ਕਹਿੰਦੇ ਕਿ ਹਾਲੇ ਕੱਲ੍ਹ ਦੀ ਗੱਲ ਹੈਗੀ ਆ, ਬੜਾ ਮਜ਼ਾਕ ਉਡਾਇਆ ਸੀਗਾ ਕੱਲ੍ਹ ਜਦੋਂ ਉੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਆ। ਅਖੇ ਅੰਮ੍ਰਿਤਪਾਲ ਸਿੰਘ ਕੱਲ੍ਹ ਤੱਕ ਉਹ ਕਿੱਦਾਂ ਦਾ ਸੀਗਾ ਜੀ, ਦੱਸਿਓ ਮਾੜਾ ਜਿਹਾ, ਇੱਦਾਂ ਲੋਕਾਂ ਦੇ ਵਿੱਚ ਖੜੇ ਪਿਆ, ਦੇਖੋ ਜੀ ਇੱਦਾਂ ਮੋਨਾ ਘੋਨਾ ਸੀਗਾ ਇੱਦਾਂ ਕੱਲ੍ਹ ਤੱਕ, ਅਤੇ ਜੀਨ ਦੀ ਪੈਂਟ ਇੱਦਾਂ ਜੀਨ ਦੀ ਪੈਂਟ ਪਾਉਂਦਾ ਸੀ, ਅਤੇ ਬਸ ਉਹ ਦੇਖੋ ਜੀ ਬਸ ਕੱਲ੍ਹ ਤੱਕ ਇੱਦਾਂ ਸੀ, ਅਤੇ ਰਾਤੋਂ ਰਾਤ ਹੁਣ ਜੇ ਕੋਈ ਚੋਲਾ ਪਾ ਲਵੇ ਤਾਂ ਇੱਕ ਪਾਸੇ ਉਹ ਆ ਅਤੇ ਦੂਏ ਪਾਸੇ ਸਾਡੀ ਪਾਰਟੀ ਹੈ 103 ਵਰੇ ਪੁਰਾਣੀ ਪਾਰਟੀ ਸਾਡੀ। ਮਤਲਬ ਉਹ ਆਪਣੀ ਪਾਰਟੀ ਦੇ ਨਾਲ ਕੰਪੈਰੀਜ਼ਨ ਕਰ ਰਹੇ ਹੈ। ਕਿਹੜੀ ਗੱਲ ਕਹਿ ਕੇ? ਇਹ ਗੱਲ ਕਹਿ ਕੇ ਕਿ ਪੰਥ ਦੀ ਪਰਿਭਾਸ਼ਾ ਕੀ ਹੈ, ਇੱਕ ਦਿਨ ਵਿੱਚ ਕੋਈ ਚੋਲਾ ਪਾ ਕੇ ਜੇ ਮੂਹਰੇ ਆ ਜਾਵੇ ਤਾਂ ਉਹ ਪੰਥ, ਜਾਂ ਇੱਕ ਪਾਸੇ 103 ਵਰੇ ਪੁਰਾਣੀ ਪਾਰਟੀ। ਸੋਚ ਕੇ ਵੇਖੋ ਤੁਸੀਂ ਜਿੰਨੇ ਸੱਜਣ ਵੀ ਗੱਲਬਾਤ ਨੂੰ ਸੁਣ ਰਹੇ ਹੋ। ਪਹਿਲਾਂ ਤਾਂ ਮੈਂ ਇੱਕ ਬੇਨਤੀ ਇਹ ਕਰਨੀ ਚਾਹੁੰਦਾ, ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸੰਬੰਧ ਵਿੱਚ ਜੇ ਕੋਈ ਟੀਕਾ ਟਿੱਪਣੀਆਂ ਕਰਨੀਆਂ ਹੋਣ ਤਾਂ ਮੈਨੂੰ ਇਹ ਲੱਗਦਾ ਕਿ ਉਹ ਟੀਕਾ ਟਿੱਪਣੀਆਂ ਚਾਹੇ ਰੋਹ ਦੇ ਵਿੱਚ, ਚਾਹੇ ਕਿਸੇ ਗੱਲ ਨੂੰ ਲੈ ਕੇ ਇਤਰਾਜ਼ ਹੋਵੇ, ਉਹ ਧਿਰਾਂ 'ਤੇ ਕਰਦੀਆਂ ਸ਼ੋਭਦੀਆਂ ਨੇ, ਉਹ ਸ਼ਖਸ਼ੀਤਾਂ ਕਰਦੀਆਂ ਸ਼ੋਭਦੀਆਂ ਨੇ। ਜਿਹੜੀਆਂ ਸ਼ਖਸ਼ੀਤਾਂ, ਜਿਹੜੀਆਂ ਧਿਰਾਂ ਸੰਘਰਸ਼ ਦਾ ਸੰਘਰਸ਼ ਦੇ ਰਾਹੇ ਪਈਆਂ ਹੋਈਆਂ ਨੇ, ਜਿਨ੍ਹਾਂ ਨੇ ਕੱਲ੍ਹ ਤੱਕ ਵੀ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ, ਵੱਡੀਆਂ ਵੱਡੀਆਂ ਮਹਾਨ ਕੁਰਬਾਨੀਆਂ, ਭਾਰਤ ਦੀਆਂ ਅੱਡ ਅੱਡ ਜੇਲ੍ਹਾਂ ਦੇ ਵਿੱਚ ਜਿਹੜੇ ਬੰਦ ਨੇ, ਬੰਦੀ ਸਿੰਘ ਆਪਾਂ ਜਿਹਨਾਂ ਨੂੰ ਕਹਿੰਦੇ ਹਾਂ, ਉਹ ਅੰਮ੍ਰਿਤਪਾਲ ਸਿੰਘ ਵੱਲ ਉਂਗਲ ਚੁੱਕਣ ਤਾਂ ਮੈਨੂੰ ਲੱਗਦਾ ਕਿ ਇਹ ਗੱਲ ਤਾਂ ਫਿਰ ਸ਼ੋਭਦੀ ਹੈ। ਪਰ ਉਹ ਲੋਕ ਜਿਹਨਾਂ ਲੋਕਾਂ ਨੇ ਪੰਜਾਬ, ਜਿਹਨਾਂ ਦਾ ਜੱਗ ਜ਼ਾਹਰ ਹੋ ਚੁੱਕਾ ਹੋਵੇ, ਮੈਨੂੰ ਲੱਗਦਾ ਕਿ ਜਦੋਂ ਉਹ ਇੱਦਾਂ ਦੀਆਂ ਗੱਲਾਂ ਕਰਦੇ ਆ ਤਾਂ ਫਿਰ ਉਹਨਾਂ ਵੱਲੋਂ ਕਈਆਂ ਹੋਈਆਂ ਗੱਲਾਂ ਦੇ ਉੱਪਰ ਟਿੱਪਣੀਆਂ ਕਰਨਾ ਸਾਡਾ ਫਰਜ਼ ਬਣਦਾ। ਮੈਂ ਇਸ ਕਰਕੇ ਆਪਣਾ ਫਰਜ਼ ਜਿਹਾ ਅਦਾ ਕਰਨ ਵਾਸਤੇ ਦਰਸ਼ਕੋ ਤੁਹਾਡੇ ਰੂਬਰੂ ਹੋਇਆ। ਮੈਂ ਕੋਈ ਭਾਈ ਅੰਮ੍ਰਿਤਪਾਲ ਸਿੰਘ ਦਾ ਵਕੀਲ ਬਣ ਕੇ ਤੁਹਾਡੇ ਰੂਬਰੂ ਨਹੀਂ ਹੋਇਆ ਹੈਗਾ। ਮੈਂ ਪਹਿਲਾਂ ਜਿੱਦਾਂ ਕਹਿ ਕੇ ਹਟਿਆ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਸੰਬੰਧ ਵਿੱਚ ਉਹਨਾਂ ਨੇ ਜੋ ਕੁਛ ਵੀ ਕੀਤਾ ਅੰਮ੍ਰਿਤਪਾਲ ਸਿੰਘ, ਉਹਦੇ ਬਾਰੇ ਕੋਈ ਹੋਰ ਟੀਕਾ ਟਿੱਪਣੀ ਤਾਂ ਕਰੇ, ਕੋਈ ਹੋਰ ਇਤਰਾਜ਼ ਕਰੇ ਕਿ ਅੰਮ੍ਰਿਤਪਾਲ ਸਿੰਘ ਸਾਨੂੰ ਤੁਹਾਡੀ ਇਸ ਗੱਲ ਦੇ ਉੱਪਰ ਇਤਰਾਜ਼ ਹੈ, ਸ਼ੋਭਦੀ ਹੈ ਗੱਲ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਜਿਹੜੇ ਹੋਰ ਵੀ ਵੱਡੇ ਸਿੰਘ ਹੈਗੇ ਨੇ, ਵੱਡੀਆਂ ਕੁਰਬਾਨੀਆਂ ਜਿਨ੍ਹਾਂ ਦੀਆਂ, ਜਿਹੜੇ ਵਿਦੇਸ਼ਾਂ ਦੀ ਧਰਤੀ 'ਤੇ ਬੈਠੇ ਆ, ਚਾਹੇ ਚਾਹੇ ਇੱਥੇ ਪੰਜਾਬ ਦੇ ਵਿੱਚ ਵੀ ਹੈਗੇ ਆ, ਜਿਹੜੇ ਕੱਲ੍ਹ ਅਤੇ ਜਿਹੜੇ ਅੱਜ ਵੀ ਸੰਘਰਸ਼ ਦੇ ਰਾਹੇ ਪਏ ਹੋਏ ਆ, ਲਗਾਤਾਰ ਹੀ ਪਏ ਹੋਏ ਆ, ਵੱਖ ਵੱਖ ਧਿਰਾਂ, ਵੱਖ ਵੱਖ ਪੰਥਕ ਧਿਰਾਂ, ਵੱਖ ਵੱਖ ਪੰਥਕ ਆਗੂ ਵੀ ਹੋ ਸਕਦੇ ਨੇ ਸਾਰੇ। ਮੈਂ ਇੱਥੇ ਬਾਕੀ ਸਾਰਿਆਂ ਦੇ ਨਾਂ ਜੇ ਲੈਣ ਲੱਗੂੰਗਾ ਅਤੇ ਬੜੀ ਇੱਕ ਲੰਮੇਰੀ ਲਿਸਟ ਹੈ, ਉਹ ਤਾਂ ਗੱਲਾਂ ਬਾਤਾਂ ਕਰਨ ਸ਼ੋਭਦੇ ਆ, ਹਾਲਾਂਕਿ ਉਹ ਚੁੱਪ ਹੈਗੇ ਆ, ਉਹ ਗੱਲਾਂ ਨਹੀਂ ਕਰ ਰਹੇ ਹੈਗੇ।
ਉਹ ਇਹ ਸ਼ਾਇਦ ਸੋਚਦੇ ਹੈਗੇ ਆ ਕਿ ਅੰਮ੍ਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦ ਹੈ। ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੰਦ ਹੈ, ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਜਦੋਂ ਸਾਹਮਣੇ ਆ ਜਾਊਗਾ ਉਸ ਵੇਲੇ ਫਿਰ ਸਾਹਮਣੇ ਆਹਮਣੇ ਸਾਹਮਣੇ ਬਹਿ ਕੇ ਮੂੰਹ ਦੇ ਉੱਪਰ ਗੱਲਾਂ ਹੋ ਜਾਣ ਤਾਂ ਜ਼ਿਆਦਾ ਵਧੀਆ ਹੁੰਦੀਆਂ ਨੇ। ਹੁਣ ਜਦੋਂ ਬੰਦਾ ਕਿਸੇ ਦੀ ਕੁੜਕੀ ਦੇ ਵਿੱਚ ਹੈਗਾ ਉਸ ਵੇਲੇ ਉਹਦੇ ਬਾਰੇ ਗੱਲਾਂ ਕਰੀ ਜਾਣੀਆਂ, ਨਹੀਂ ਜੀ ਉਹ ਚੰਗਾ ਬਹੁਤ ਆ, ਉਹ ਮਾੜਾ ਬਹੁਤ ਆ, ਉਹਨੇ ਗੱਦਾਰੀ ਕਰ ਲਈ, ਉਹ ਕਿਸੇ ਦੇ ਨਾਲ ਰਲ ਗਿਆ ਵਗੈਰਾ ਵਗੈਰਾ। ਮੈਨੂੰ ਲੱਗਦਾ ਕਿ ਇਹਨਾਂ ਗੱਲਾਂ ਦੀ ਕੋਈ ਬੁੱਕਤ ਨਹੀਂ ਰਹਿ ਜਾਂਦੀ। ਜਦੋਂ ਅਗਲਾ ਬਾਹਰ ਆਣ ਕੇ ਫਿਰ ਵਿਚਰੂੰਗਾ, ਜਦੋਂ ਉਹਦੇ ਕੰਮਕਾਰ ਕਰਨ ਦੇ ਢੰਗ ਤਰੀਕੇ, ਉਹਨਾਂ ਕੰਮਾਂ ਕਾਰਾਂ ਦੇ ਢੰਗ ਤਰੀਕਿਆਂ ਨੇ ਹੀ ਤੁਹਾਨੂੰ ਸਾਰਾ ਕੁਛ ਤੁਹਾਡੇ ਸਾਹਮਣੇ ਲੈ ਆਉਣਾ। ਉਹ ਕੰਮ ਕਰਨ ਦੇ ਢੰਗ ਤਰੀਕੇ ਆਪ ਬਿਆਨ ਕਰਨਗੇ ਕਿ ਅਗਲਾ ਕਿਸ ਗੱਲ ਦੇ ਉੱਪਰ ਉਹ ਕਿੰਨਾ ਕੁ ਖੜ੍ਹਾ ਹੈਗਾ ਜਾਂ ਹੁਣ ਨਹੀਂ ਖੜ੍ਹਾ ਹੈਗਾ ਜਾਂ ਹੁਣ ਨਹੀਂ ਖੜ੍ਹਾ ਹੈਗਾ ਜਾਂ ਕੱਲ੍ਹ ਖੜ੍ਹਾ ਸੀਗਾ ਵਗੈਰਾ ਵਗੈਰਾ, ਸਾਰੇ ਸਵਾਲਾਂ ਦੇ ਜਵਾਬ ਉਦੋਂ ਮਿਲ ਜਾਣਗੇ। ਹੁਣ ਉਹ ਇਹ ਗੱਲ ਕਹਿ ਰਹੇ ਆ, 103 ਵਰੇ ਪੁਰਾਣੀ ਸਾਡੀ ਪਾਰਟੀ ਆ ਇੱਕ ਪਾਸੇ, ਕੱਲ੍ਹ ਕੋਈ ਚੋਲਾ ਪਾ ਕੇ ਜੇ ਸਾਹਮਣੇ ਆ ਜਾਵੇ ਤਾਂ ਮੈਂ ਬੇਨਤੀ ਕਰਾਂ, ਮੈਨੂੰ ਨਹੀਂ ਲੱਗਦਾ ਹੈਗਾ, ਜਿੰਨਾ ਕੁ ਮੈਂ ਸਿੱਖ ਇਤਿਹਾਸ ਪੜ੍ਹਿਆ, ਜਿੰਨਾ ਕੁ ਮੈਂ ਗੋਰੇ ਇਤਿਹਾਸ ਪੜ੍ਹਿਆ, ਜਿੰਨਾ ਕੁ ਮੈਂ ਹੁਣ ਤੱਕ ਸਮਝ ਪਾਇਆ ਹੈਗਾ, ਮੈਨੂੰ ਨਹੀਂ ਇਹ ਲੱਗਦਾ ਹੈਗਾ ਕਿ ਕੱਲ੍ਹ ਤੱਕ ਜੇ ਕੋਈ ਜੀਨ ਦੀ ਪੈਂਟ ਪਾਉਂਦਾ ਹੋਵੇ, ਕੱਲ੍ਹ ਤੱਕ ਨਾਲੇ ਜੀਨ ਦੀ ਪੈਂਟ ਦਾ ਤਾਂ ਇੱਥੇ ਕੋਈ ਰੌਲਾ ਹੀ ਨਹੀਂ ਹੈਗਾ। ਮੈਂ ਸਿੱਖ ਰਹਿਤ ਮਰਿਆਦਾ ਜਦੋਂ ਪੜ੍ਹਦਾ ਹਾਂ ਤਾਂ ਉੱਥੇ ਇਹ ਗੱਲ ਲਿਖੀ ਹੋਈ ਹੈ ਕਿ ਪੰਜ ਕਕਾਰਾਂ ਤੋਂ ਛੁੱਟ, ਜਿਹੜੀ ਅਸੀਂ ਜਿਹੜਾ ਪਹਿਰਾਵਾ ਪਾਉਂਦੇ ਹਾਂ ਉਹਦੇ ਸੰਬੰਧ ਵਿੱਚ ਕੋਈ ਵੀ ਉੱਥੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ, ਉੱਥੇ ਇੱਦਾਂ ਦਾ ਕੁਝ ਵੀ ਨਹੀਂ ਹੈਗਾ। ਭਾਈ ਜਗਤਾਰ ਸਿੰਘ ਹਵਾਰਾ ਜੀਨ ਦੀ ਪੈਂਟ ਪਾਉਂਦੇ ਆ, ਤਾਂ ਮੈਂ ਫਿਰ ਇਹਨਾਂ ਨੂੰ ਪੁੱਛਣਾ ਚਾਹੁੰਦਾ ਹਾਂ ਸੁਖਬੀਰ ਬਾਦਲ ਜੀ ਨੂੰ ਕਿ ਦੱਸੋ ਜੀ ਫਿਰ ਉੱਥੇ ਕੀ ਕਹਿੰਦੇ ਹੋ, ਬੋਲਿਓ ਕੁਛ ਜ਼ਰੂਰ। ਉਹਨਾਂ ਤੋਂ ਇਲਾਵਾ ਹੋਰ ਵੱਖ ਵੱਖ ਸਿੰਘ ਉਹ ਵੀ ਜੀਨ ਦੀ ਪੈਂਟ ਪਾਉਂਦੇ ਹੋ ਸਕਦੇ ਆ। ਭਾਈ ਜਗਤਾਰ ਸਿੰਘ ਤਾਰਾ ਆ ਤਾਂ ਹੁਣ ਜਦੋਂ ਪਿੱਛੇ ਜਦੋਂ ਆਏ ਸੀਗੇ 2 ਘੰਟੇ ਦੀ ਪੈਰੋਲ 'ਤੇ ਆਪਣੀ ਭਤੀਜੀ ਦੇ ਆਨੰਦ ਕਾਰਜ ਦੇ ਸੰਬੰਧ ਵਿੱਚ, ਤਾਂ ਉਦਣ ਵੀ ਜੀਨ ਦੀ ਪੈਂਟ ਪਾਈ ਹੋਈ ਸੀਗੀ, ਟੀ ਸ਼ਰਟ ਪਾਈ ਹੋਈ ਸੀਗੀ, ਨਾਲ ਜੈਕਟ ਪਾਈ ਹੋਈ ਸੀਗੀ। ਦੱਸੋ ਜੀ ਕੀ ਕਹਿਣਾ ਚਾਹੁੰਦੇ ਹੋ, ਤੁਹਾਨੂੰ ਲੱਗਦਾ ਕਿ ਅਸੀਂ ਕੁੜਤੇ ਪਜਾਮੇ ਪਾ ਕੇ ਹੁਣ ਵਿਚਰ ਰਹੇ ਹਾਂ ਅਤੇ ਅਸੀਂ ਪੂਰੇ ਅਕਾਲੀ ਹਾਂ, ਜਦੋਂ ਕਿ ਪੂਰੇ ਅਕਾਲੀ ਤਾਂ ਤੁਸੀਂ ਵੀ ਨਹੀਂ ਹੈਗੇ ਜੇ। ਪੂਰੇ ਅਕਾਲੀ ਤਾਂ ਫਿਰ ਹੱਥ ਦੇ ਵਿੱਚ 3 ਫੁੱਟੀ ਸ੍ਰੀ ਸਾਹਿਬ ਹੁੰਦੀ ਸੀ ਪੱਕੀ, ਤੁਹਾਡੇ ਤਾਂ ਹੱਥ 'ਚ ਹੁੰਦੀ ਹੋਈ ਨਹੀਂ ਹੈਗੀ, ਤੁਸੀਂ ਤਾਂ ਕਦੋਂ ਦਾ ਛੱਡ ਚੁੱਕੇ ਹੋ। 103 ਵਾਲੇ ਪੁਰਾਣੀ ਪਾਰਟੀ ਇੱਕ ਪਾਸੇ ਪੰਥ ਦੀ ਪਰਿਭਾਸ਼ਾ ਉਹ ਦੱਸ ਰਹੇ ਆ, ਪੰਥ ਦੀ ਪਰਿਭਾਸ਼ਾ ਸੁਖਬੀਰ ਬਾਦਲ ਜੀ ਨੂੰ ਚੰਗੀ ਤਰ੍ਹਾਂ ਦੱਸਣੀ ਹੀ ਨਹੀਂ ਆਈ। ਉਹਨਾਂ ਉਹ ਪੰਥ ਦੀ ਪਰਿਭਾਸ਼ਾ ਉਹਨਾਂ ਨੇ ਇਹ ਦੱਸੀ ਆ ਕੱਲ੍ਹ ਆਪਣੇ ਲੈਕਚਰ ਦੇ ਵਿੱਚ ਕਿ ਜਿਹੜੀ ਸਾਡੀ 103 ਵਰੇ ਪੁਰਾਣੀ ਸਾਡੀ ਪਾਰਟੀ ਆ ਵੀ ਉਹ ਪੰਥ ਹੈ। ਅੰਮ੍ਰਿਤਪਾਲ ਸਿੰਘ ਦੇ ਨਾਲ ਕੰਪੈਰੀਜ਼ਨ ਕੀਤਾ, ਮਤਲਬ ਅੰਮ੍ਰਿਤਪਾਲ ਸਿੰਘ ਜਾਂ ਅਸੀਂ ਅਤੇ ਸਾਡੀ ਪਾਰਟੀ, ਬਸ ਇਸ ਤੋਂ ਇਲਾਵਾ ਹੋਰ ਪਾਸੇ ਪੰਥ ਇਹਨਾਂ ਨੂੰ ਕਿਧਰੇ ਨਜ਼ਰੇ ਨਹੀਂ ਆਇਆ ਹੈਗਾ ਕੱਲ੍ਹ ਇੱਦਾਂ ਦੀ ਵੀ ਜੇ ਤੁਹਾਡੀ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਨਾਲ ਕੋਈ ਗੱਲਬਾਤ ਹੈਗੀ ਆ, ਤੁਸੀਂ ਅੰਮ੍ਰਿਤਪਾਲ ਸਿੰਘ ਦੇ ਸੰਬੰਧ ਵਿੱਚ ਗੱਲ ਇਕੱਲੇ ਕਰੀ ਚਲੋ ਨਾ, ਤੁਸੀਂ ਪੰਥ ਨੂੰ ਵਿੱਚ ਕਿੱਦਾਂ ਘਸੋੜਦੇ ਹੋ, ਤੁਹਾਨੂੰ ਕੀ ਅਧਿਕਾਰ ਹੈਗਾ ਪੰਥ ਦੀ ਪਰਿਭਾਸ਼ਾ, ਜਾਂ ਤਾਂ ਫਿਰ ਬਿਲਕੁਲ ਸਹੀ ਦੱਸੋ, ਪੰਥ ਦੀ ਪਰਿਭਾਸ਼ਾ ਸਾਹਮਣੇ ਸਹੀ ਰੱਖੋ ਔਰ ਉਸ ਤੋਂ ਬਾਅਦ ਫਿਰ ਨਖੇੜਾ ਕਰੋ ਕਿ ਉਸ ਪੰਥ ਦੀ ਪਰਿਭਾਸ਼ਾ ਦੇ ਉੱਪਰ ਅੰਮ੍ਰਿਤਪਾਲ ਸਿੰਘ ਖਰਾ ਉਤਰਦਾ ਜਾਂ ਤੁਹਾਡੀ ਪਾਰਟੀ ਜਾਂ ਤੁਸੀਂ ਖਰੇ ਉਤਰਦੇ ਹੋ, ਜਾਂ ਤਾਂ ਪੂਰੀ ਤਰ੍ਹਾਂ ਕਰਦੇ, ਅਦਰਵਾਈਜ਼ ਤੁਹਾਨੂੰ ਨਹੀਂ ਸੀ ਕਰਨਾ ਚਾਹੀਦਾ। ਤੁਹਾਡੀ ਪਾਰਟੀ ਪੰਜਾਬੀ ਪਾਰਟੀ ਹੈ, ਜਦੋਂ ਕਿ ਲੋਕ ਸਮਝਦੇ ਆ ਕਿ ਤੁਹਾਡੀ ਪਾਰਟੀ ਤਾਂ ਪੰਜਾਬੀ ਪਾਰਟੀ ਵੀ ਨਹੀਂ ਰਹੀ, ਤੁਹਾਡੀ ਪਾਰਟੀ ਦੇ ਪਰਿਵਾਰਕ ਹੋ ਕੇ ਰਹਿ ਚੁੱਕੀ ਆ, ਕਿਉਂਕਿ ਵੱਡੇ ਵੱਡੇ ਦਿੱਗਜ਼ ਆਗੂ ਜਿਹੜੇ ਤੁਹਾਡੇ ਪਿਤਾ ਜੀ ਦੇ ਕੱਦ ਦੇ ਹੋਇਆ ਕਰਦੇ ਸੀਗੇ, ਤੁਸੀਂ ਉਹਨਾਂ ਨੂੰ ਲਾਗੇ ਨਹੀਂ ਜੇ ਲੱਗਣ ਦਿੱਤਾ। ਉਹਨਾਂ ਤੋਂ ਬਾਅਦ ਇਸ ਪਾਰਟੀ ਦੇ ਤਾਂ ਵਾਲੀ ਵਾਰਸ ਉਹ ਹੋ ਸਕਦੇ ਸੀਗੇ, ਕੱਦ ਦੇ ਹਿਸਾਬ ਨਾਲ ਉਹਨਾਂ ਦਾ ਤਜ਼ਰਬਾ ਵੀ ਸੀਗਾ, ਤਜ਼ਰਬਿਆਂ ਦੇ ਹਿਸਾਬ ਦੇ ਨਾਲ ਵੀ, ਪਰ ਇੱਥੇ ਤਾਂ ਗੱਲ ਇਹ ਕਿ ਪਾਪਾ ਜੀ ਸੀਗੇ ਅਤੇ ਪਾਪਾ ਜੀ ਤੋਂ ਬਾਅਦ ਹੁਣ ਅਸੀਂ ਮੂਹਰੇ ਆਉਣਾ ਹੈਗਾ, ਇੱਦਾਂ ਦੀ ਗੱਲਬਾਤ ਇੱਥੇ ਚੱਲਦੀ ਹੈ। 3 ਸੀਟਾਂ 'ਤੇ ਸਿਮਟ ਕੇ ਰਹਿ ਗਏ ਆ, ਪਾਰਟੀ ਦਾ ਬੇੜਾ ਗਰਕ ਹੋ ਗਿਆ। ਜੇ ਪਾਰਟੀ ਦੇ ਹਿਸਾਬ ਨਾਲ ਵੀ ਲਾਈਏ, ਪੰਥ ਨਹੀਂ ਪਾਰਟੀ ਦੀ ਗੱਲ ਕਰ ਰਿਹਾ ਮੈਂ, ਅਸੀਂ ਤਦ ਵੀ ਛੱਡਣ ਨੂੰ ਤਿਆਰ ਨਹੀਂ ਹੈਗੇ, ਅਸੀਂ ਇਸ ਕਰਕੇ ਵੀ ਛੱਡਣ ਨੂੰ ਤਿਆਰ ਨਹੀਂ ਹੈਗੇ ਕਿ ਚੱਲ ਯਾਰ ਮੇਰੀ ਹੀ ਪਾਰਟੀ ਸਹੀ, ਚੱਲ ਮੇਰੀ ਹੀ ਪਾਰਟੀ ਆ
ਅਤੇ ਮੇਰੀ ਪਾਰਟੀ ਕਿਤੇ ਚੰਗੀ ਤਰ੍ਹਾਂ ਐਨ ਖਤਮ ਨਾ ਹੋ ਜਾਵੇ ਅਤੇ ਮੈਂ ਚੱਲ ਕੁਝ ਸਮਾਂ ਕਿਸੇ ਹੋਰ ਨੂੰ ਮੌਕਾ ਦੇ ਕੇ ਦੇਖ ਲਵਾਂ। ਨਾ, ਪ੍ਰਧਾਨਗੀ ਛੱਡਣ ਨੂੰ ਆਪਾਂ ਤਿਆਰ ਨਹੀਂ ਹੋ। ਕੱਲ੍ਹ ਇੱਦਾਂ ਦੀ ਗੱਲਬਾਤ ਉਹਨਾਂ ਨੇ ਕੀਤੀ ਹੈ। ਉਸ ਤੋਂ ਇਲਾਵਾ ਉਹਨਾਂ ਨੇ ਇੱਕ ਹੋਰ ਗੱਲ ਆਖੀ, ਉਹ ਕਹਿੰਦੇ ਕਿ ਅੰਮ੍ਰਿਤਪਾਲ ਨੇ ਕਿਹਾ ਸੀਗਾ ਕਿ ਮੈਂ ਸਿਆਸਤ ਦੇ ਵਿੱਚ ਨਹੀਂ ਆਉਂਦਾ, ਪਰ ਹੁਣ ਰਾਤੋ ਰਾਤ ਕਹਿੰਦੇ ਇੱਦਾਂ ਦੀ ਕਿਹੜੀ ਗੱਲਬਾਤ ਹੋ ਗਈ ਵੀ ਜਿਹੜਾ ਰਾਤੋ ਰਾਤ ਹੁਣ ਸਿਆਸਤ ਵਿੱਚ ਆਉਣ ਦਾ ਮਨ ਬਣਾ ਲਿਆ? ਕਿਆ ਬਾਤ ਹੈ। ਅੱਛਾ, ਮੈਨੂੰ ਯਾਦ ਆ, ਦਰਸ਼ਕੋ ਤੁਹਾਨੂੰ ਵੀ ਚੇਤੇ ਹੋਊਗਾ, ਸੁਖਬੀਰ ਬਾਦਲ ਹੋਰਾਂ ਨੂੰ ਵੀ ਮੈਂ ਚੇਤੇ ਕਰਾ ਦਿੰਦਾ। ਪਹਿਲੀ ਤਾਂ ਗੱਲ, ਮੈਂ ਅੰਮ੍ਰਿਤਪਾਲ ਸਿੰਘ ਦੇ ਮੂੰਹੋਂ ਇੱਦਾਂ ਦੀ ਕੋਈ ਗੱਲ ਨਹੀਂ ਸੁਣੀ ਹੈਗੀ, ਇੱਕ ਗੱਲ। ਅਤੇ ਦੂਜੀ ਗੱਲ, ਜਿਹੜੀਆਂ ਪੰਥਕ ਰੋਹ ਰੀਤਾਂ ਹੈਗੀਆਂ ਨੇ, ਜਿਹੜਾ ਸਿੱਖ ਫਲਸਫਾ ਹੈ, ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਸਾਡੀ ਪਿੱਠ ਦੇ ਉੱਪਰ ਖਲੋਤਾ ਹੈ, ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿੱਖ ਸਿਆਸਤ ਤੋਂ ਕਦੇ ਵੀ ਲਾਂਭੇ ਨਹੀਂ ਹੁੰਦਾ। ਇੱਥੇ ਭਗਤੀ ਅਤੇ ਸ਼ਕਤੀ ਦੀ ਗੱਲ ਹੈ, ਇੱਥੇ ਭਗਤੀ ਅਤੇ ਸ਼ਕਤੀ ਦੀ ਗੱਲ ਹੈ, ਇੱਥੇ ਸੱਤਾ ਦੀ ਗੱਲ ਹੈ, ਇੱਥੇ ਰਾਜ ਭਾਗ ਦੀ ਨਾਲ ਗੱਲ ਹੈ, ਧਰਮ ਦੀ ਗੱਲ ਹੈ, ਨਾਲ ਰਾਜ ਦੀ ਗੱਲ ਵੀ ਹੈ। ਇੱਥੇ ਇੱਥੇ ਬਰਾਬਰ ਗੱਲਾਂ ਤੁਰਦੀਆਂ ਸਾਰੀਆਂ, ਬਰਾਬਰ ਲਫ਼ਜ਼ ਮੇਰੇ ਕੋਲ ਬੋਲਿਆ ਗਿਆ। ਬਰਾਬਰ ਦਾ ਭਾਵ ਇੱਥੇ ਇਹ ਹੈ ਕਿ ਧਰਮ ਉੱਪਰ ਅਤੇ ਸਿਆਸਤ ਉਦੋਂ ਥੋੜ੍ਹੀ ਜਿਹੀ ਥੱਲੇ, ਧਰਮ ਅਤੇ ਸਿਆਸਤ ਇੱਥੇ ਇਉਂ ਤੁਰੀ ਜਾਂਦੀ ਹੈ ਵੀ ਧਰਮ ਉਹ ਥੋੜ੍ਹਾ ਜਿਹਾ ਉੱਪਰ ਅਤੇ ਸਿਆਸਤ ਉਦੋਂ ਥੋੜ੍ਹਾ ਜਿਹਾ ਥੱਲੇ, ਇੱਦਾਂ ਇੱਦਾਂ ਫਿਰ ਬਰਾਬਰ ਤੁਰੀਆਂ ਜਾਣ ਦੋਨੇ ਚੀਜ਼ਾਂ, ਇੱਦਾਂ ਚੱਲਦੀ ਹੈ ਇੱਥੇ ਗੱਲ। ਅੰਮ੍ਰਿਤਪਾਲ ਸਿੰਘ ਨੇ ਜਦੋਂ ਕਿ ਮੇਰੇ ਕੋਲ ਮੇਰੇ ਕੰਨਾਂ ਦੇ ਵਿੱਚ ਆਵਾਜ਼ ਪਈ ਹੋਈ ਹੈ, ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਆ, ਪਿਛਲੇ ਦਿਨ ਵੀ ਹੋਈ ਆ, ਉਦੋਂ ਕਿ ਵੀ ਹੋਈ ਸੀਗੀ, ਉਹ ਇਹ ਸੀਗੀ ਕਿ ਅੰਮ੍ਰਿਤਪਾਲ ਸਿੰਘ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਭਾਰਤ ਦੀਆਂ ਅੱਡ ਅੱਡ ਜੇਲ੍ਹਾਂ ਵਿੱਚ ਬੰਦੀ ਸਿੰਘ ਬੰਦ ਨੇ, ਵੀ ਜੇ ਸਿਆਸਤ ਵਰਤ ਕੇ ਕਿਸੇ ਨੀਤੀ ਦੇ ਤਹਿਤ ਜੇ ਉਹਨਾਂ ਨੂੰ ਇਲੈਕਸ਼ਨ ਲੜਵਾ ਕੇ ਬਾਹਰ ਵੀ ਕਿਸੇ ਤਰ੍ਹਾਂ ਜੇ ਕਢਵਾਏ ਜਾ ਸਕਣ ਤਾਂ ਸਾਨੂੰ ਇਹ ਤਰੀਕਾ ਵੀ ਵਰਤ ਲੈਣਾ ਚਾਹੀਦਾ ਹੈ, ਇੱਦਾਂ ਕਿਹਾ ਸੀਗਾ। ਪਰ ਸੁਖਬੀਰ ਬਾਦਲ ਕਹਿੰਦੇ ਕਿ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀਗਾ ਕਿ ਮੈਂ ਸਿਆਸਤ ਦੇ ਵਿੱਚ ਨਹੀਂ ਆਉਂਦਾ, ਪਰ ਹੁਣ ਰਾਤੋ ਰਾਤ ਪਤਾ ਨਹੀਂ ਕੀ ਗੱਲ ਹੋ ਗਈ। ਹੁਣ ਜਿਹੜੀ ਰਾਤੋ ਰਾਤ ਪਤਾ ਨਹੀਂ ਕੀ ਗੱਲ ਹੋ ਗਈ, ਬਈ ਕੱਲ੍ਹ ਤੱਕ ਤਾਂ ਐਂ ਕਹਿੰਦਾ ਸੀ ਅਤੇ ਰਾਤੋ ਰਾਤ ਕੀ ਗੱਲ ਹੋ ਗਈ? ਨਾਲ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਬਈ ਆਪ ਤਾਂ ਬਾਹਰ ਆ ਜੂੰਗਾ ਅਤੇ ਜਿਹੜੇ ਬਾਕੀ ਸਿੰਘ ਹੈਗੇ ਨੇ ਨਾਲ ਜੇਲ੍ਹਾਂ 'ਚ ਬੰਦ ਵਾ, ਅੱਡ ਅੱਡ ਜੇਲ੍ਹਾਂ 'ਚ ਬੰਦ, ਅੰਮ੍ਰਿਤਸਰ ਵੀ ਬੰਦ ਹੈਗੇ, ਸੁਖਬੀਰ ਬਾਦਲ ਹੋਰਾਂ ਨੇ ਜ਼ਿਕਰ ਕੀਤਾ ਬਕਾਇਦਾ ਸਾਰਿਆਂ, ਉਹ ਕਹਿੰਦੇ ਵੀ ਬਾਕੀ ਕਿੱਦਾਂ ਬਾਹਰ ਆਉਣਗੇ? ਹਾਂ, ਇਹ ਜਿਹੜਾ ਸਵਾਲ ਹੈਗਾ, ਮੈਂ ਬੇਨਤੀ ਕਰਾਂ, ਇਹ ਸਾਡੇ ਪੱਤਰਕਾਰਾਂ ਦਾ ਸਵਾਲ ਹੈਗਾ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਲਈ ਜਿਹੜੇ ਕੰਪੇਨ ਕਰ ਰਹੇ ਨੇ, ਉਹਨਾਂ ਦੇ ਪਰਿਵਾਰਕ ਮੈਂਬਰ ਹੋ ਸਕਦੇ ਆ ਜਾਂ ਉਹਨਾਂ ਦੀ ਜਥੇਬੰਦੀ ਦੇ ਹੋਰ ਬੰਦੇ ਹੋ ਸਕਦੇ ਆ, ਉਹਨਾਂ ਨੂੰ ਸਵਾਲ ਕਰਨਾ ਸਾਡੇ ਪੱਤਰਕਾਰਾਂ ਦਾ ਕੰਮ ਹੈਗਾ, ਅਸੀਂ ਉਹਨਾਂ ਨੂੰ ਸਵਾਲ ਕਰ ਸਕਦੇ ਹਾਂ ਇਹ ਵਾਲਾ, ਵੀ ਜਦੋਂ ਵੀ ਬਾਕੀ ਸਿੰਘਾਂ ਨੂੰ ਕਿਉਂ ਨਹੀਂ ਚੋਣ ਲੜਾਈ ਗਈ, ਉਹਨਾਂ ਨੂੰ ਵੀ ਇਲੈਕਸ਼ਨ ਲੜਵਾਏ ਜਾ ਸਕਦੇ ਸੀਗੇ। ਅਤੇ ਇਸ ਤੋਂ ਇਲਾਵਾ ਜਿੱਦਾਂ ਪਹਿਲਾਂ ਕਹਿ ਕੇ ਹਟਿਆ ਮੈਂ, ਅੰਮ੍ਰਿਤਪਾਲ ਸਿੰਘ ਦਾ ਕੋਈ ਵੀ ਫੈਸਲਾ ਚਾਹੇ ਮਾੜਾ ਅਤੇ ਚਾਹੇ ਚੰਗਾ, ਉਹਦੇ ਬਾਬਤ ਟੀਕਾ ਟਿੱਪਣੀ ਉਹ ਲੋਕ ਤਾਂ ਕਰਨ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਬਰਾਬਰ ਜਾਂ ਅੰਮ੍ਰਿਤਪਾਲ ਸਿੰਘ ਤੋਂ ਕਿਤੇ ਤਹਾਂ ਦੇ, ਕਿਤੇ ਤਹਾਂ ਦੇ। ਮੈਨੂੰ ਪਤਾ ਇਸ ਗੱਲ ਦਾ ਕਿ ਅੰਮ੍ਰਿਤਪਾਲ ਸਿੰਘ ਵੀ ਇਹ ਗੱਲ ਜਾਣਦਾ ਕਿ ਮੇਰੇ ਤੋਂ ਪਹਿਲਾਂ ਇੱਥੇ ਬੜੇ ਵੱਡੇ ਵੱਡੇ ਮਹਾਨ ਯੋਧੇ ਜਰਨੈਲ ਹੋਏ ਨੇ ਔਰ ਉਹਨਾਂ ਦੀਆਂ ਕੁਰਬਾਨੀਆਂ ਐਡੀਆਂ ਜ਼ਬਰਦਸਤ ਨੇ ਨਾ, ਉਹਨਾਂ ਨੇ ਇੰਨਾ ਜ਼ੁਲਮ ਔਰ ਸਿਤਮ ਆਪਦੇ ਪਿੰਡਿਆਂ ਦੇ ਉੱਪਰ ਝੱਲਿਆ ਹੋਇਆ ਨਾ, ਹਕੂਮਤਾਂ ਦੀਆਂ ਅੱਖਾਂ ਦੇ ਵਿੱਚ ਉਹ ਲੋਕ ਰੜਕਦੇ ਆ ਔਰ ਹਕੂਮਤ ਦੀ ਲੱਤ ਥੱਲੋਂ ਕਦੇ ਵੀ ਲੰਘ ਕੇ ਆਉਣ ਨੂੰ ਬਾਹਰ ਤਿਆਰ ਨਹੀਂ ਹੈਗੇ। ਇਸ ਗੱਲ ਦਾ ਪਤਾ ਅੰਮ੍ਰਿਤਪਾਲ ਸਿੰਘ ਨੂੰ ਵੀ ਔਰ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਸਤਿਕਾਰ ਵੀ ਜ਼ਰੂਰ ਕਰਦਾ ਹੋਊਗਾ ਔਰ ਉਹ ਜਿਹੜੇ ਯੋਧੇ ਜਰਨੈਲ ਹੈਗੇ ਆ ਉਹ ਤਾਂ ਇੱਦਾਂ ਦੇ ਸਵਾਲ ਕਰਨ, ਪਰ ਮੈਨੂੰ ਨਹੀਂ ਲੱਗਦਾ ਕਿ ਸੁਖਬੀਰ ਬਾਦਲ ਜੀ ਦੇ ਕੋਲ ਇਸ ਗੱਲ ਦਾ ਹੱਕ ਹੈਗਾ ਜਾਂ ਉਹ ਇਸ ਗੱਲ ਦਾ ਹੱਕ ਰੱਖਦੇ ਵੀ ਆ, ਜਾਂ ਇਉਂ ਕਹਿ ਲਓ ਥੋੜ੍ਹਾ ਜਿਹਾ ਹੋਰ ਮੈਂ ਔਖਾ ਜਿਹਾ ਹੋ ਕੇ ਜੇ ਗੱਲ ਆਖਾਂ, ਭਈ ਕੀ ਉਹ ਇਖਲਾਕੀ ਤੌਰ ਦੇ ਉੱਪਰ ਉਹਨਾਂ ਨੂੰ ਲੱਗਦਾ ਕਿ ਉਹ ਹਾਲੇ ਵੀ ਇਸ ਗੱਲ ਦਾ ਹੱਕ ਰੱਖਦੇ ਆ ਕਿ ਮੈਂ ਇੱਦਾਂ ਦਾ ਸਵਾਲ ਕਿਸੇ ਨੂੰ ਪੁੱਟ ਕਰ ਸਕਦਾ ਹਾਂ, ਜਦੋਂ ਕਿ ਉਹ ਅਤੇ ਉਹਨਾਂ ਦੇ ਪਹਿਲਾਂ ਪਿਤਾ ਜੀ
103 ਵਰੇ ਪੁਰਾਣੀ ਪਾਰਟੀ ਦੀ ਗੱਲ ਕਰਦੇ ਰਹੇ ਆ। ਪੰਜਾਬ ਦੇ ਹਿੱਤ ਕਿਹਨਾਂ ਲੋਕਾਂ ਨੇ ਵੇਚੇ, ਪੰਜਾਬ ਦੇ ਪਾਣੀ ਕਿਹਨਾਂ ਨੇ ਵੇਚੇ, ਕਿਹਨਾਂ ਦੀ ਸਰਕਾਰ ਇੱਥੇ ਕਿੰਨੀ ਵਾਰੀ ਰਹੀ। ਜਦੋਂ ਗੱਲਾਂ ਕਰਦੇ ਆ ਨਾ, ਗੱਲਾਂ ਤਾਂ ਸਾਨੂੰ ਬਹੁਤ ਬਣਾਉਣੀਆਂ ਆਉਂਦੀਆਂ। ਅੰਮ੍ਰਿਤਪਾਲ ਸਿੰਘ ਆ ਕੱਲ੍ਹ ਦੀਆਂ ਗੱਲਾਂ ਆ, ਹਾਲੇ ਕੱਲ੍ਹ ਤੱਕ ਗੱਲ ਇੱਦਾਂ ਸੀਗੀ, ਕੱਲ੍ਹ ਤੱਕ ਨਹੀਂ ਪਰਸੋਂ ਤੱਕ, ਗੱਲ ਸਮਝਣੀ ਥੋੜ੍ਹੀ ਸੌਖੀ ਹੋ ਜਾਊਗੀ। ਪਰਸੋਂ ਤੱਕ ਗੱਲ ਇੱਦਾਂ ਸੀਗੀ, ਸਾਰੇ ਟੱਬਰ ਦੀ ਵਿੱਚੇ ਸਾਲਾ ਸਾਹਿਬ ਔਰ ਵਿੱਚੇ ਵਾਈਫ ਉਹਨਾਂ ਦੀ ਹਰਸਿਮਰਤ ਬਾਦਲ, ਕਿ ਸਾਨੂੰ 2 ਮਿੰਟ ਦੇ ਦਿਓ, ਸਾਨੂੰ 2 ਮਿੰਟ ਦੇ ਦਿਓ, 2 ਮਿੰਟ ਦੇ ਦਿਓ। ਕਾਹਦੇ ਵਾਸਤੇ ਭਲਾ? ਅੰਮ੍ਰਿਤਪਾਲ ਸਿੰਘ ਨੂੰ ਐਂ ਚੁਟਕੀਆਂ ਮਾਰ ਮਾਰ ਕੇ ਸਿੱਧਾ ਨਾ ਕਰ ਦਿੱਤਾ ਤਾਂ ਸਾਡਾ ਨਾਂ ਬਦਲਾ ਦਿਓ। ਇੱਦਾਂ ਦੀਆਂ ਗੱਲਾਂ ਕੱਲ੍ਹ ਤੱਕ ਸੀਗੀਆਂ। ਹੁਣ ਇਹਦਾ ਮਤਲਬ ਇਹ ਬਣਿਆ ਕਿ ਤੁਸੀਂ ਖੁਦ ਇਹ ਚਾਹੁੰਦੇ ਸੀਗੇ ਕਿ ਅੰਮ੍ਰਿਤਪਾਲ ਸਿੰਘ ਸਹੀ ਟਰੈਕ 'ਤੇ ਨਹੀਂ ਹੈ, ਉਹ ਕੁਝ ਗਲਤ ਕਰ ਰਿਹਾ, ਤਾਂ ਹੀ ਚਾਹੁੰਦੇ ਸੀਗੇ ਨਾ ਵੀ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ, ਕੇਂਦਰ ਦੇ ਵਿੱਚ BJP ਦੀ ਸਰਕਾਰ, ਅੰਮ੍ਰਿਤਪਾਲ ਸਿੰਘ ਨੂੰ ਸਿੱਧਾ ਕਿਉਂ ਨਹੀਂ ਕਰਦੇ ਇਹ? ਇਹਦਾ ਮਤਲਬ ਤੁਹਾਨੂੰ ਅੰਮ੍ਰਿਤਪਾਲ ਸਿੰਘ ਠੀਕ ਨਹੀਂ ਸੀ ਲੱਗਦਾ, ਇੱਦਾਂ ਹੀ ਸੀ ਮਤਲਬ? ਉਸ ਤੋਂ ਬਾਅਦ ਫਿਰ ਜਦੋਂ ਅਗਲਿਆਂ ਨੇ ਫੜ ਕੇ ਜੇਲ੍ਹ ਦੇ ਵਿੱਚ ਦੇ ਤਾ, ਉਸ ਤੋਂ ਬਾਅਦ ਫਿਰ ਤੁਹਾਨੂੰ ਹਮਦਰਦੀ ਕਿਉਂ ਆਉਣ ਲੱਗ ਪਈ ਸੀ ਵਿੱਚ ਵਿਚਾਲੇ ਜਿਹੇ? ਫਿਰ ਤੁਸੀਂ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ਼ ਵੀ ਟੀਕਾ ਟਿੱਪਣੀ ਇਹ ਕਹਿ ਕੇ ਲਾਪੇ ਕਰਨ, ਜਦੋਂ ਕਿ ਤੁਹਾਨੂੰ ਤਾਂ ਇਉਂ ਕਰਨਾ ਚਾਹੀਦਾ ਸੀਗਾ, ਜਦੋਂ ਕਿ ਤੁਹਾਨੂੰ ਇਹ ਕਹਿਣਾ ਚਾਹੀਦਾ ਸੀਗਾ ਕਿ ਲੈ ਵੀ ਭਗਵੰਤ ਮਾਨ ਦੀ ਸਰਕਾਰ ਨੇ ਆਹ ਕੰਮ ਚੰਗਾ ਕੀਤਾ, ਪਰ ਤੁਸੀਂ ਤਾਂ ਇੱਦਾਂ ਕਿਹਾ ਨਾ, ਮੈਨੂੰ ਪਤਾ ਕਿਉਂ ਨਹੀਂ ਕਿਹਾ। ਅਸਲ ਦੇ ਵਿੱਚ ਇਹ ਕਰਦੇ ਕੀ ਹੈਗੇ ਆ, ਸੱਤਾ ਦੀ ਭੁੱਖ ਅਸਲ ਦੇ ਵਿੱਚ ਇੰਨੀ ਜ਼ਿਆਦਾ ਹਾਵੀ ਹੁੰਦੀ ਹੈ ਆਪਣੇ ਹੀ ਲੋਕਾਂ ਦੇ ਵਿੱਚ, ਆਪਣੇ ਪੰਜਾਬ ਦੇ ਲੋਕਾਂ ਦੇ ਵਿੱਚ, ਜਿਹੜੀ ਸਾਖ ਗੁਆਚ ਚੁੱਕੀ ਆ ਨਾ ਉਹਨੂੰ ਦੁਬਾਰਾ ਲੱਭਦੇ ਫਿਰਦੇ ਆ, ਬਸ ਆਪਦੀ ਜ਼ਮੀਨ ਭਾਲਦੇ ਫਿਰਦੇ ਆ, ਬਸ ਗੱਲ ਇੰਨੀ ਕੁ ਆ। ਜਦੋਂ ਲੱਗਦਾ ਉਹਨਾਂ ਨੂੰ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਗੱਲ ਕਰਕੇ ਸਾਡਾ ਕੋਈ ਭਲਾ ਹੋ ਸਕਦਾ ਸ਼ਾਇਦ, ਫਿਰ ਖਿਲਾਫ਼ ਗੱਲ ਕਰਦੇ ਆ। ਜਦੋਂ ਲੱਗਦਾ ਕਿ ਵਿਰੋਧ ਵਿੱਚ ਗੱਲ ਕਰਕੇ, ਜਦੋਂ ਲੱਗਦਾ ਕਿ ਪੱਖ ਵਿੱਚ ਮਾੜੀ ਮੋਟੀ ਗੱਲ ਕਰਕੇ ਫਿਰ ਪੱਖ 'ਚ ਗੱਲ ਕਰਦੇ। ਤੁਹਾਨੂੰ ਚੇਤੇ ਹੋਊਗਾ ਸਨ 2015 ਜਦੋਂ ਚੱਬੇ ਦੀ ਧਰਤੀ 'ਤੇ ਸਰਬੱਤ ਖਾਲਸਾ ਹੋਇਆ ਸੀਗਾ ਅਤੇ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਸਿੱਖਾਂ ਨੇ ਉੱਥੇ ਜਥੇਦਾਰ ਚੁਣਿਆ ਸੀਗਾ। ਹੁਣ ਸਿੱਖ ਕੌਮ ਦਾ ਚੁਣਿਆ ਹੋਇਆ ਜਥੇਦਾਰ, ਇਲੈਕਟ ਕੀਤਾ ਹੋਇਆ ਨਹੀਂ, ਸਿਲੈਕਟ ਕੀਤਾ ਹੋਇਆ ਜਥੇਦਾਰ, ਉਹਦੇ ਬਾਰੇ ਪਤਾ ਕੀ ਵਿਚਾਰ ਸੀਗੇ ਸੁਖਬੀਰ ਬਾਦਲ ਹੋਰਾਂ ਦੇ? ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਸੰਬੰਧ ਵਿੱਚ ਇਹਨਾਂ ਦੇ ਵਿਚਾਰ ਇਹ ਸੀਗੇ ਕਿ ਕਾਤਲ ਹਵਾਰਾ ਕੌਮ ਨੂੰ ਭਲਾ ਕੀ ਗਵਾਹੀ ਦੇ ਸਕਦਾ ਹੈ, ਭਾਵ ਕਿ ਕਾਤਲ ਹਵਾਰਾ ਕੌਮ ਨੂੰ ਕੋਈ ਅਗਵਾਈ ਨਹੀਂ ਦੇ ਸਕਦਾ। ਔਰ ਜਦੋਂ ਫਿਰ ਇਹਨਾਂ ਨੂੰ ਲੱਗਦਾ ਕਿ 3 ਸੀਟਾਂ 'ਤੇ ਸਿਮਟ ਕੇ ਰਹਿ ਗਏ ਆ, ਫਿਰ ਇਹ ਉਹਨਾਂ ਨੂੰ ਕਾਤਲ ਜਿਹੜੇ ਸੀਗੇ ਬੰਦੀ ਲੱਗਣ ਲੱਗ ਪੈਂਦੇ ਆ, ਫਿਰ ਬੰਦੀ ਸਿੰਘ ਲੱਗਣ ਲੱਗ ਪੈਂਦੇ ਆ, ਫਿਰ BJP ਦੇ ਨਾਲ ਵੀ ਹੁਣ ਜੇ ਗੱਠਜੋੜ ਨਹੀਂ ਰਹਿੰਦਾ ਅਤੇ ਇੱਥੇ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ, ਆਮ ਆਦਮੀ ਪਾਰਟੀ ਵਾਲੇ ਦੀ ਸਰਕਾਰ ਆ, ਇਹਨਾਂ ਦੀ ਸਰਕਾਰ ਨਹੀਂ ਹੈਗੀ, 3 ਸੀਟਾਂ 'ਤੇ ਸਿਮਟ ਕੇ ਰਹਿ ਗਏ, ਫਿਰ ਇਹਨਾਂ ਨੂੰ ਲੱਗਦਾ ਕਿ ਨਹੀਂ ਨਹੀਂ ਸਾਨੂੰ ਹੁਣ ਹੱਕ ਦੇ ਵਿੱਚ ਬੋਲਿਆ ਹੀ ਸਾਡਾ ਮਸਲਾ ਹੱਲ ਹੋਣਾ, ਕਿਉਂਕਿ ਲਹਿਰ ਬਣੀ ਹੋਈ ਆ ਕਿ ਬੰਦੀ ਸਿੰਘ ਰਿਹਾਅ ਕਰੋ, ਬੰਦੀ ਸਿੰਘ ਰਿਹਾਅ ਕਰੋ ਦੇ ਇੱਥੇ ਨਾਅਰੇ ਗੂੰਜਦੇ ਆ। ਕਾਲੇ ਕਾਨੂੰਨ ਪਹਿਲਾਂ ਜਦੋਂ ਹੋਏ ਉਸ ਵੇਲੇ ਇਹ ਫਾਇਦੇ ਕਰਾਉਂਦੇ ਸੀਗੇ, ਇਹ ਫਾਇਦੇ ਵਾਲੀ ਗੱਲ ਵਾ, ਜਦੋਂ ਕਿਸਾਨ ਦੂਏ ਪਾਸੇ ਨੂੰ ਹੋ ਗਿਆ ਕਿ ਨਹੀਂ ਅਸੀਂ ਬਿੱਲ ਰੱਦ ਕਰਾਉਣੇ ਆ, ਇਹ ਕਾਨੂੰਨ ਰੱਦ ਕਰਾਉਣੇ ਆ, ਫਿਰ ਦੂਏ ਪਾਸੇ ਨੂੰ ਹੋ ਗਿਆ ਇਹ, ਮਤਲਬ ਇਹ ਸੱਤਾ ਦੀ ਭੁੱਖ ਆ। ਇਹਨਾਂ ਦੀਆਂ ਗੱਲਾਂ ਦੇ ਉੱਪਰ ਕੋਈ ਯਕੀਨ ਕੀਤਾ ਜਾ ਸਕਦਾ? ਭਲਾ ਤੁਸੀਂ ਸੋਚ ਕੇ ਵੇਖੋ, ਹੁਣ ਜਿੱਥੇ ਧਰਮ ਦੀਆਂ ਗੱਲਾਂ ਹੋਣ, ਜਿੱਥੇ ਪੰਥ ਅਤੇ ਪੰਜਾਬ ਦੀਆਂ ਗੱਲਾਂ ਹੋਣ, ਉੱਥੇ ਜਿਹੜੇ ਲੋਕ ਆਪਣੀ ਸਾਖ ਗਵਾ ਚੁੱਕੇ ਆ, ਜਿਹੜੇ ਵੇਲਾ ਵਿਹਾ ਚੁੱਕੇ ਆ, ਦੁਬਾਰਾ ਜ਼ਮੀਨ ਭਾਲਦੇ ਆ, ਜਦੋਂ ਉਹ ਗੱਲਾਂ ਕਰਦੇ ਆ, ਕੌਮ ਦਾ ਘਾਣ ਕਰਨ ਵਾਲੀਆਂ ਤਾਕਤਾਂ ਨੂੰ ਇਹ ਆਪਣੇ ਕਲਾਵੇ ਦੇ ਵਿੱਚ ਲੈ ਕੇ ਅਤੇ ਉਹਨਾਂ ਦੀ ਪੁਸ਼ਤ ਪਨਾਹੀ ਕਰਦੇ ਰਹੇ ਹੈ। ਮੈਂ ਇਜ਼ਹਾਰ ਆਲਮ ਉਹਨਾਂ ਦੀ ਵਾਈਫ ਨੂੰ ਮੁੜ ਕੇ ਟਿਕਟ ਦਿੱਤੀ ਜਦੋਂ ਰੌਲਾ ਜਿਹਾ ਪੈ ਗਿਆ ਸੀਗਾ। ਉਸ ਤੋਂ ਇਲਾਵਾ ਪੰਜਾਬ ਦੇ DGP ਕਿਹਨਾਂ ਨੂੰ ਇਹ ਲਾਉਂਦੇ ਰਹੇ, ਵੱਡੇ ਬਾਦਲ ਸਾਹਿਬ ਹੁੰਦੇ ਸੀਗੇ, ਤੁਹਾਨੂੰ ਚੇਤਾ, ਸਾਰਿਆਂ ਨੂੰ ਚੇਤਾ ਜੀ, ਵਾਰ ਵਾਰ ਉਹ ਗੱਲਾਂ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਜਿਨ੍ਹਾਂ ਨੇ ਸਿੱਖ ਜ਼ਬਾਨੀ ਦਾ ਘਾਣ ਕੀਤਾ, ਫੇਕ ਐਨਕਾਊਂਟਰ, ਉਹਨਾਂ ਨੂੰ ਤਾਂ ਫਿਰ ਇਹ ਸਾਰਾ ਕੁਛ ਕਰਦੇ ਰਹੇ ਆ। ਤੁਸੀਂ ਸੋਚ ਕੇ ਵੇਖੋ ਨਾ ਕਿਸ ਤਰੀਕੇ ਦੀ ਸਿਆਸਤ, ਕਿੱਦਾਂ ਸਾਰਾ ਕੁਛ ਚੱਲਦਾ ਹੈਗਾ।
ਅੰਮ੍ਰਿਤਪਾਲ ਸਿੰਘ। ਫਿਰ ਇਹ ਗੱਲ ਕਹਿੰਦੇ ਆ ਕਿ ਜਿਹੜੇ ਹੋਰ ਬੰਦੇ ਹੈਗੇ ਆ ਜੇਲ੍ਹਾਂ ਦੇ ਅੰਦਰ ਬੰਦ ਬੰਦੀ ਸਿੰਘ, ਉਹ ਤਾਂ ਕਹਿੰਦੇ ਕਦੇ ਵੀ ਨਹੀਂ ਕਹਿੰਦੇ ਹੈਗੇ ਇੱਦਾਂ ਕਿ ਅਸੀਂ ਬਾਹਰ ਜੇਲ੍ਹੋਂ ਬਾਹਰ ਆਉਣਾ। ਉਹਨਾਂ ਦੀਆਂ ਘਰ ਵਾਲੀਆਂ ਨੇ ਤਾਂ ਕਦੇ ਨਾ ਧਰਨੇ ਲਾਏ, ਉਹਨਾਂ ਦੀਆਂ ਮਾਵਾਂ ਨੇ ਤਾਂ ਕਦੇ ਧਰਨੇ ਨਾ ਲਾਏ, ਅਤੇ ਕਹਿੰਦੇ ਇੱਥੇ ਸਾਲ ਦੇ ਵਿੱਚ ਹੀ ਚੀਕਾਂ ਨਿਕਲ ਗਈਆਂ, ਸੁਖਬੀਰ ਬਾਦਲ ਹੋਰੀ ਕਹਿੰਦੇ ਆ। ਨਾਲ ਇਹ ਵੀ ਗੱਲ ਕਹਿੰਦੇ ਆ ਕਿ ਇਹਨੇ ਕੀਤਾ ਕੀ ਹੈਗਾ, ਕੱਲ੍ਹ ਆਇਆ ਹੱਲੇ। ਇਹੀ ਗੱਲ ਮੈਂ ਵੀ ਕਹਿਣੀ ਚਾਹੁੰਦਾ, ਇਹੀ ਗੱਲ ਹੋਰ ਵੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉਹਨਾਂ ਨੇ ਤਾਂ ਜਿਹੜੇ ਜੇਲ੍ਹਾਂ ਦੇ ਵਿੱਚ 27-27, 28-28, 32-32, 34-34 ਵਰੇ ਜਿਨ੍ਹਾਂ ਨੇ ਜੇਲ੍ਹਾਂ ਦੀਆਂ ਚਾਰ ਦੀਵਾਰੀਆਂ ਦੇ ਅੰਦਰ ਬਿਤਾਏ, ਉਹਨਾਂ ਨੇ ਤਾਂ ਕੁਛ ਕੀਤਾ ਹੋਇਆ ਤਾਂ ਬਿਤਾਏ। ਇਹੀ ਗੱਲ ਤਾਂ ਸੁਖਬੀਰ ਬਾਦਲ ਜੀ ਅਸੀਂ ਵੀ ਕਹਿੰਦੇ ਹਾਂ ਕਿ ਅੰਮ੍ਰਿਤਪਾਲ ਸਿੰਘ ਨੇ ਤਾਂ ਇੱਦਾਂ ਦਾ ਕੁਛ ਕੀਤਾ ਹੀ ਨਹੀਂ ਜਿਹਦੇ ਕਰਕੇ NSA ਦੇ ਤਹਿਤ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਭੇਜਿਆ ਜਾਵੇ। ਆਹੀ ਤਾਂ ਗੱਲ ਅਸੀਂ ਵੀ ਕਹਿੰਦੇ ਹਾਂ, ਅਤੇ ਤੁਸੀਂ ਵੀ ਇਹ ਗੱਲ ਤੁਸੀਂ ਪਰ ਹੋਰ ਹਿਸਾਬ ਨਾਲ ਕਹਿੰਦੇ ਹਾਂ। ਫਿਰ ਤੁਸੀਂ ਇੱਕ ਹੋਰ ਗੱਲ ਕਹਿੰਦੇ ਹਾਂ, ਤੁਸੀਂ ਇਹ ਗੱਲ ਕਹਿੰਦੇ ਹਾਂ ਭਈ ਜਦੋਂ ਮੇਰੇ ਪਾਪਾ ਜੀ ਜੇਲ੍ਹ ਦੇ ਵਿੱਚ ਬੰਦ ਸੀਗੇ ਤਾਂ 6-6 ਮਹੀਨੇ ਮੁਲਾਕਾਤ ਨਹੀਂ ਸੀ ਹੁੰਦੀ, ਮੈਂ ਨਿੱਕਾ ਜਿਹਾ ਸੀਗਾ ਅਤੇ ਮੈਂ ਮੰਮੀ ਹੁਣਾਂ ਦੇ ਨਾਲ ਜਾਂਦਾ ਹੁੰਦਾ ਸੀਗਾ, ਕਦੀ ਰਿਕਸ਼ੇ 'ਤੇ ਬਹਿਣਾ, ਕਦੀ ਆਟੋ ਦੇ ਵਿੱਚ ਬਹਿਣਾ, ਕਦੀ ਫਿਰ ਦਾ ਜਾਣਾ, ਸਾਡੀਆਂ ਮੁਲਾਕਾਤਾਂ ਨਹੀਂ ਸੀ ਕਹਿੰਦੇ ਕਰਾਉਂਦੇ ਹੁੰਦੇ 6-6 ਮਹੀਨੇ, ਅਤੇ ਕਿੰਨੀਆਂ ਦੁੱਖਾਂ ਅਤੇ ਤਕਲੀਫਾਂ ਦਾ ਵੀ ਇਹਨਾਂ ਨੇ ਵਰਣਨ ਕੀਤਾ। ਅੱਛਾ, ਮੈਂ ਇਹ ਸੋਚ ਰਿਹਾ ਸੀਗਾ ਇਹਨਾਂ ਦੀਆਂ ਗੱਲਾਂ ਸੁਣ ਕੇ ਕਿ ਸੁਖਬੀਰ ਬਾਦਲ ਜੀ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਹੁਣ ਕਾਫੀ ਜ਼ਿਆਦਾ ਸਮੇਂ ਵੀ ਬਦਲ ਚੁੱਕੇ ਨੇ, ਹੁਣ ਤੁਸੀਂ ਆਟੋ ਦੇ ਵਿੱਚ ਨਹੀਂ ਜਾਂਦੇ ਹੋ, ਹੁਣ ਤੁਸੀਂ ਰਿਕਸ਼ੇ ਦੇ ਉੱਪਰ ਬੈਠ ਕੇ ਕਿਸੇ ਦੇ ਨਾਲ ਮੁਲਾਕਾਤ ਕਰਨ ਨਹੀਂ ਜਾਂਦੇ ਹੋ, ਹੁਣ ਤੁਹਾਨੂੰ ਇਸ ਗੱਲ ਦਾ ਪਤਾ ਕਿ ਉਸ ਵੇਲੇ ਜੇ 6-6 ਮਹੀਨੇ ਨਹੀਂ ਸੀ ਹੁੰਦੀਆਂ ਮੁਲਾਕਾਤਾਂ ਅਤੇ ਹੁਣ ਛੇਤੀ ਛੇਤੀ ਹੁੰਦੀਆਂ ਨੇ, ਹੁਣ ਤਾਂ ਹਫ਼ਤੇ ਦੇ ਵਿੱਚ 2 ਵਾਰਾਂ ਜੇਲ੍ਹਾਂ ਦੇ ਅੰਦਰ ਟੈਲੀਫੋਨ ਦੀ ਸਹੂਲਤ ਵੀ ਹੈਗੀ ਆ ਆਪਦੇ ਪਰਿਵਾਰਕ ਮੈਂਬਰਾਂ ਦੇ ਨਾਲ, ਜੇਲ੍ਹਾਂ 'ਚ ਬੰਦੇ ਜਿਹੜੇ ਬੰਦ ਨੇ ਉਹ ਗੱਲਾਂ ਬਾਤਾਂ ਵੀ ਕਰ ਲੈਂਦੇ ਆ, ਹੁਣ ਤਾਂ ਬਹੁਤ ਚੀਜ਼ਾਂ ਦਾ ਫਰਕ ਵੀ ਹੈਗਾ ਨਾ। ਜਾਂ ਫਿਰ ਤੁਸੀਂ ਇਹ ਦੱਸ ਦਿਓ ਕਿ ਤੁਹਾਨੂੰ ਇਹ ਲੱਗਦਾ, ਤੁਹਾਨੂੰ ਇਹ ਲੱਗਦਾ ਕਿ ਪਾਪਾ ਜੀ ਦੇ ਨਾਲ ਸਾਡੀ ਮੁਲਾਕਾਤ ਨਹੀਂ ਸੀ ਹੁੰਦੀ 6-6 ਮਹੀਨੇ, ਅਤੇ ਹੁਣ ਅੰਮ੍ਰਿਤਪਾਲ ਸਿੰਘ ਜਾਂ ਹੋਰਨਾਂ ਦੀ ਵੀ ਮੁਲਾਕਾਤ ਛੇਤੀ ਛੇਤੀ ਕਿਉਂ ਹੋਵੇ? ਇਹਦਾ ਮਤਲਬ ਤੁਸੀਂ ਜਾਂ ਇੱਦਾਂ ਚਾਹੁੰਦੇ ਹੋ, ਇਹਦਾ ਮਤਲਬ ਤੁਸੀਂ ਵੀ ਇੱਦਾਂ ਚਾਹੁੰਦੇ ਹੋ ਕਿ ਉਹਨਾਂ ਨੂੰ ਵੀ ਸਮੱਸਿਆਵਾਂ ਆਉਣ? ਇਹਦਾ ਮਤਲਬ ਤੁਸੀਂ ਫਿਰ ਇਹ ਵੀ ਗੱਲ ਨਾਲ ਕਹੀ ਕੱਲ੍ਹ ਵੀ ਪਾਪਾ ਜੀ ਨੇ ਤਾਂ ਬਹੁਤ ਵੱਡੀਆਂ ਕੁਰਬਾਂ, ਹੁਣ ਪਾਪਾ ਜੀ ਨੇ ਤਾਂ ਫਿਰ ਕੁਛ ਕੀਤਾ ਹੈ ਨਾ ਤੁਹਾਡੇ ਹਿਸਾਬ ਦੇ ਨਾਲ, ਤੁਸੀਂ ਆਪ ਹੀ ਦੱਸਦੇ ਆ। ਹਾਲਾਂਕਿ ਪੰਥ ਨੂੰ ਪਤਾ ਇਸ ਗੱਲ ਦਾ ਕਿ ਫਖਰੇ ਕੌਮ ਦਾ ਖਿਤਾਬ ਦੇਤਾ ਉਹਨਾਂ ਨੂੰ, ਪੰਥ ਤਾਂ ਕਹਿੰਦਾ ਵਾਪਸ ਲਓ ਇਹਨਾਂ ਦੇ ਕੋਲੋਂ, ਕੌਮ ਦਾ ਬੇੜਾ ਗਰਕ ਕੀਤਾ ਜੇ ਇਹਨਾਂ ਨੇ, ਪਰ ਤੁਹਾਡੇ ਹਿਸਾਬ ਦੇ ਨਾਲ ਜੇ ਤੁਸੀਂ ਕਹਿੰਦੇ ਕੁਛ ਕੀਤਾ, ਫਿਰ ਉਹਨਾਂ ਨੇ ਤਾਂ ਕੁਛ ਕੀਤਾ ਵੀ ਤਾਂ ਨਹੀਂ ਸੀ ਮੁਲਾਕਾਤਾਂ ਹੁਣ ਦਿੰਦੀਆਂ ਹਕੂਮਤਾਂ ਜਾਂ ਪ੍ਰਸ਼ਾਸਨ ਜਾਂ ਜੋ ਵੀ ਲਾ ਲਓ ਨਿਜ਼ਾਮ ਇੱਥੋਂ ਦਾ, ਤੁਹਾਡੇ ਹਿਸਾਬ ਦੇ ਨਾਲ ਹੀ ਅੰਮ੍ਰਿਤਪਾਲ ਸਿੰਘ ਨੇ ਕੁਛ ਨਹੀਂ ਕੀਤਾ। ਫਿਰ ਜੇ ਕੁਛ ਨਹੀਂ ਕੀਤਾ ਭਾਈ, ਫਿਰ ਅੰਮ੍ਰਿਤਪਾਲ ਸਿੰਘ ਦੀਆਂ ਮੁਲਾਕਾਤਾਂ 6-6 ਮਹੀਨੇ ਕਿਉਂ, 6-6 ਮਹੀਨੇ ਬਾਅਦ ਕਿਉਂ ਹੋਣ? ਫਿਰ ਤਾਂ ਰੋਜ਼ ਬਣਦੀ ਹੈ ਨਾ, ਕਿਉਂਕਿ ਕਿਹੜਾ ਕੁਛ ਕੀਤਾ ਹੈ ਨਾ। ਉਸ ਹਿਸਾਬ ਦੇ ਨਾਲ ਤਾਂ ਤੁਹਾਨੂੰ ਸਗੋਂ ਇਹ ਚਾਹੀਦਾ ਹੈਗਾ ਕਿ ਅੰਮ੍ਰਿਤਪਾਲ ਸਿੰਘ ਨੂੰ ਬਾਹਰ ਕਢਾਉਣਾ, ਉਹਦੇ ਲਈ ਹਰ ਹੀਲਾ ਵਰਤ ਲੈਣਾ ਚਾਹੀਦਾ ਸੀਗਾ ਤੁਹਾਨੂੰ, ਵੀ ਹੁਣ ਤਾਂ ਵਿਚਾਰੇ ਨੇ ਕੁਛ ਕੀਤਾ ਹੀ ਨਹੀਂ ਹੈਗਾ ਅਤੇ ਉਹਨੂੰ ਬਾਹਰ ਆਪਸ ਦਵਾ ਲਈਏ। ਪਰ ਇੱਦਾਂ ਦੀ ਗੱਲ ਨਹੀਂ, ਮੈਂ ਜਿੱਦਾਂ ਪਹਿਲਾਂ ਕਹਿ ਕਿਹਾ ਸੱਤਾ ਦੀ ਜਿਹੜੀ ਭੁੱਖ ਆ ਨਾ ਜੀ, ਇਹ ਜਿਹੜੀ ਲਾਲਸਾ ਆ ਇਹ ਬੜੀ ਵੱਖਰੀ ਜਿਹੀ ਤਰ੍ਹਾਂ ਦੀ ਹੈਗੀ ਆ। ਵਿਚਾਲੇ ਜਿਹੇ ਇੱਕ ਹੋਰ ਗੱਲ ਹੋਈ ਸੀਗੀ ਤੁਹਾਨੂੰ ਚੇਤੇ ਹੋਊਗਾ, ਉਸ ਤੋਂ ਬਾਅਦ ਕੀ ਹੋਇਆ, ਆ ਪਿੱਛੇ ਜਿਹੇ ਨਾ ਜਦੋਂ ਅੰਮ੍ਰਿਤਸਰ ਮੋਰਚਾ ਲਾਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਹੈਗੇ ਆ, ਉਸ ਮੋਰਚੇ ਦੇ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਹੋਰ ਸੱਜੇ ਖੱਬੇ ਵਾਲੇ ਸਾਰੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਉਹਨਾਂ ਦਾ ਰਾਬਤਾ ਸੀਗਾ, ਔਰ ਜਿਹੜੇ ਇਹਨਾਂ ਵੱਲੋਂ ਥਾਪੇ ਹੋਏ ਜਥੇਦਾਰ ਗਿਆਨੀ ਰਘੁਬੀਰ ਸਿੰਘ ਜੀ, ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਸੀਗੀ, ਨਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਵਾਲੀ ਧਿਰ ਦੇ ਨਾਲ। ਠੀਕ ਹੈ ਜੀ, ਉਸ ਵੇਲੇ ਕੌਮ ਦੇ ਕੁਛ ਹਿੱਸੇ ਦੇ ਵਿੱਚ ਇੱਕ ਇਹ ਵੀ ਗੱਲ ਤੁਰੀ ਕਿ ਅੰਮ੍ਰਿਤਪਾਲ ਸਿੰਘ ਹੋਰੀ ਉਹਨਾਂ ਦਾ ਪਰਿਵਾਰ ਬਾਹਰ
ਉਹ ਮਤਲਬ ਇਹ ਸਾਰੇ ਇਕੱਠੇ ਜਿਹੇ ਹੋ ਰਹੇ ਆ, ਖਰੇ ਲਾਗੇ ਲਾਗੇ ਹੋ ਰਹੇ ਆ, ਹੁਣ ਪਤਾ ਨਹੀਂ ਕਿਉਂ ਹੋ ਰਹੇ ਆ, ਵਿਚਾਲੇ ਵਿਚਾਲੇ ਇੱਦਾਂ ਦੀ ਗੱਲਬਾਤ ਵੀ ਤੁਰੀ। ਔਰ ਤੁਸੀਂ ਇਹ ਵੀ ਗੱਲ ਨੋਟ ਕੀਤੀ, ਉਸ ਵੇਲੇ ਵਿਰਸਾ ਸਿੰਘ ਬਲਟੋਆ ਹੋਰੀ ਵੀ ਉੱਥੇ ਸਪੀਚ ਕਰਨ ਵਾਸਤੇ ਆਏ, ਐਡਵੋਕੇਟ ਸਿਆਲਕਾ ਜੀ ਉਹ ਵੀ ਨਾਲ ਹੀ ਹੈਗੇ ਨੇ। ਔਰ ਉਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦੇ ਸਾਰੇ ਤਕਰੀਬਨ ਲਾਗੇ ਲਾਗੇ ਹੀ ਨਜ਼ਰ ਆਉਂਦੇ ਸੀਗੇ। ਔਰ ਤੁਹਾਨੂੰ ਚੇਤਿਆ, ਵਿਰਸਾ ਸਿੰਘ ਬਲਟੋਆ ਨੇ ਥੋੜ੍ਹੇ ਦਿਨ ਪਹਿਲਾਂ ਇਹ ਗੱਲ ਆਖੀ ਸੀ, ਕਹਿੰਦੇ ਕਿ ਮੈਨੂੰ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਪਰਿਵਾਰਕ ਮੈਂਬਰਾਂ ਨੇ ਇਹ ਗੱਲ ਕਹੀ ਸੀਗੀ ਕਿ ਬਲਟੋਹਾ ਜੀ ਜਦੋਂ ਤੁਸੀਂ ਇਲੈਕਸ਼ਨ ਲੜੋਗੇ ਨਾ ਤਾਂ ਅਸੀਂ ਤੁਹਾਡੀ ਸਪੋਰਟ ਕਰਾਂਗੇ, ਤੁਹਾਡੇ ਹੱਕ ਦੇ ਵਿੱਚ ਅਸੀਂ ਪ੍ਰਚਾਰ ਕਰਨ ਵਾਸਤੇ ਵੀ ਜਾਵਾਂਗੇ। ਬਲਟੋਹਾ ਜੀ ਨੇ ਇਹ ਗੱਲ ਕਹੀ ਸੀਗੀ। ਇਹਦੇ ਮਾਇਨੇ, ਇਹ ਮੈਂ ਸਾਰੀਆਂ ਗੱਲਾਂ ਇਸ ਕਰਕੇ ਕਰਦਾ, ਇਹਦਾ ਮਤਲਬ ਇਹ ਬਣਿਆ ਕਿ ਸੁਖਬੀਰ ਬਾਦਲ ਹੋਰੀ ਜਾਂ ਇਹਨਾਂ ਦੀ ਧਿਰ, ਇਹਨਾਂ ਦੀ ਪਾਰਟੀ ਇਹ ਚਾਹੁੰਦੀ ਸੀਗੀ ਕਿ ਅੰਮ੍ਰਿਤਪਾਲ ਸਿੰਘ ਹੋਰੀ ਅਤੇ ਉਹਨਾਂ ਦਾ ਪਰਿਵਾਰ ਸਾਡੇ ਹੱਕ ਦੇ ਵਿੱਚ ਪ੍ਰਚਾਰ ਕਰਦਾ, ਨਾ ਕਿ ਆਪ ਇਲੈਕਸ਼ਨ ਲੜਦਾ। ਅੱਛਾ, ਹੁਣ ਮੈਂ ਸਵਾਲ ਇਹਨਾਂ ਨੂੰ ਇਹ ਕਰਨਾ ਚਾਹੁੰਦਾ, ਧਿਆਨ ਦਿਓ ਦਰਸ਼ਕੋ, ਤੁਸੀਂ ਵੀ ਜ਼ਰੂਰ ਸ਼ੇਅਰ ਕਰਿਓ ਵੀਡੀਓ, ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿਹਨਾਂ ਨੇ ਨਹੀਂ ਕੀਤਾ ਹੈਗਾ। ਮੈਂ ਹੁਣ ਇਹ ਸੋਚਦਾ ਹੈਗਾ, ਮੈਂ ਇਹਨਾਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ, ਜੇ ਮੰਨ ਲਓ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੁਹਾਡੇ ਵਾਸਤੇ ਪ੍ਰਚਾਰ ਕਰਨ ਲੱਗ ਪੈਂਦੇ, ਅੰਮ੍ਰਿਤਪਾਲ ਸਿੰਘ ਇਲੈਕਸ਼ਨ ਲੜਨ ਵਾਸਤੇ ਆਪਦੇ ਕਾਗਜ਼ ਨਾ ਭਰਦਾ, ਤਾਂ ਫਿਰ ਮੈਨੂੰ ਤੁਸੀਂ ਜਵਾਬ ਦਿਓ, ਫਿਰ ਅੰਮ੍ਰਿਤਪਾਲ ਸਿੰਘ ਨੇ ਕਿੱਦਾਂ ਠੀਕ ਹੋ ਜਾਣਾ ਸੀਗਾ ਭਲਾ? ਫਿਰ ਤੁਸੀਂ ਸਿਫਤ ਵੀ ਕਰਨੀ ਸੀਗੀ, ਫਿਰ ਤੁਸੀਂ ਇਹ ਕਹਿਣਾ ਸੀਗਾ ਕਿ ਕੱਲ੍ਹ ਤੱਕ ਸਿਰੋਂ ਮੋਨਾ ਸੀ, ਕੱਲ੍ਹ ਤੱਕ ਪਿੰਟਾਂ ਜੀਂਦੀਆਂ ਬੇਸ਼ੱਕ, ਪਰ ਵਾਹਿਗੁਰੂ ਨੇ ਕਿੱਡੀ ਵੱਡੀ ਕਿਰਪਾ ਕਰ ਦਿੱਤੀ, ਰਾਤੋਂ ਰਾਤ ਮਤਲਬ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋ ਗਈ। ਫਿਰ ਤੁਸੀਂ ਐਂ ਕਹਿਣਾ ਸੀਗਾ ਜ਼ਾਲਮ ਹਕੂਮਤਾਂ ਨੇ ਧੱਕੇਸ਼ਾਹੀਆਂ ਕੀਤੀਆਂ, ਦਿਬਰੂਗੜ੍ਹ ਜੇਲ੍ਹ ਦੇ ਅੰਦਰ NSA ਦੇ ਤਹਿਤ ਬੰਦ ਕਰ ਦਿੱਤਾ, ਇਹ ਧੱਕਾ ਹੈ ਸਰਕਾਰਾਂ ਦਾ, ਲੋਕੋ ਸਾਨੂੰ ਵੋਟਾਂ ਪਾ ਕੇ ਜਿਤਾਓ, ਅਸੀਂ ਜਾ ਕੇ ਪਾਰਲੀਮੈਂਟ ਦੇ ਵਿੱਚ ਆਵਾਜ਼ ਬੁਲੰਦ ਕਰਾਂਗੇ, ਆਈ ਨਹੀਂ, ਇਹ ਤੋਂ ਇਲਾਵਾ ਅਸੀਂ ਐਂ ਵੀ ਕਰਾਂਗੇ, ਆਈ ਨਹੀਂ, ਇਹ ਤੋਂ ਇਲਾਵਾ ਅਸੀਂ ਉਹ ਵੀ ਕਰਾਂਗੇ, ਦਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਸਿੰਘਾਂ ਦੇ ਵਾਸਤੇ ਆਪਾਂ ਇਹ ਕਰਾਂਗੇ, ਆਪਾਂ ਉਹ ਕਰਾਂਗੇ। ਅੰਮ੍ਰਿਤਪਾਲ ਸਿੰਘ ਕੀ ਗਲਤ ਕਰਦਾ ਸੀ? ਨਸ਼ਾ ਹੀ ਛੁਡਵਾਉਂਦਾ ਸੀ, ਪਰ ਆ ਭਗਵੰਤ ਮਾਨ ਸਰਕਾਰ ਦੇ ਕੋਲੋਂ ਜਰਿਆ ਨਹੀਂ ਗਿਆ, ਆ ਕੇਂਦਰ ਦੀ ਸਰਕਾਰ BJP ਦੇ ਕੋਲੋਂ ਜਰਿਆ ਨਹੀਂ ਗਿਆ, ਫਿਰ ਇਹਨਾਂ ਨੇ ਐਵੇਂ ਲਾਪਣਾ ਸੀਗਾ ਕਹਿਣ, ਇਹ ਸੱਤਾ ਦੀ ਭੁੱਖ ਵਾ। ਮੈਂ ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਸਮਝੋ ਇਹਨਾਂ ਲੋਕਾਂ ਦੀਆਂ ਗੱਲਾਂ ਨੂੰ, ਇਹਨਾਂ ਦੀਆਂ ਇਹ ਕੋਈ ਦੀਨ ਮਜ਼ਹਬ ਥੋੜ੍ਹੀ ਹੈਗਾ, ਇਹ ਜਿਹੜੀ ਸਿਆਸਤ ਆ ਨਾ, ਸਿਆਸਤ ਮਾੜੀ ਨਹੀਂ ਹੁੰਦੀ, ਜਿਹੜੀ ਧਰਮ ਦੀ ਸਿਆਸਤ ਹੋਵੇ ਨਾ, ਜਿਹੜੀ ਸਿਆਸਤ ਧਰਮ ਦੇ ਕੁੰਡੇ ਦੇ ਹੇਠਾਂ ਹੋਵੇ, ਉਹ ਵਾਲੀ ਸਿਆਸਤ ਤਾਂ ਹੁੰਦੀ ਹੈ ਬਹੁਤ ਚੰਗੀ, ਪਰ ਜਿਹੜੀ ਸਿਆਸਤ ਦੇ ਵਿੱਚ ਇਹ ਸਾਰੇ ਬੜੇ ਹੋਏ ਆ, ਇੰਨਾ ਮਤਲਬ ਜ਼ਬਰਦਸਤ ਗੰਦਾ ਚਿੱਕੜਵਾ ਨਾ ਉਹ, ਬਸ ਉੱਥੇ ਤਾਂ ਸਿਰਫ ਆਹੀ ਆ ਕਿ ਅਸੀਂ ਆਪਦਾ ਫਾਇਦਾ ਕਿੱਦਾਂ ਦੇਖਣਾ, ਬਸ ਜੇ ਕੋਈ ਸਾਡੇ ਹੱਕ 'ਚ ਹੈਗਾ ਫਿਰ ਉਹਦੇ ਸੋਹਲੇ ਕਿੱਦਾਂ ਗਾਉਣੇ ਹੈਗੇ ਆ, ਉਹ ਗਾਉਣ ਵਾਸਤੇ ਗੱਲਾਂ ਵੀ ਇਹਨਾਂ ਕੋਈ ਹੈਗੀਆਂ। ਜੇ ਕੋਈ ਨਾਲ ਇੱਦਾਂ ਹੈਗਾ ਜਿੱਦਾਂ ਹੁਣ ਆਹ ਹੋ ਗਈ ਆ, ਉੱਥੇ ਇਲੈਕਸ਼ਨ ਅਗਲਾ ਆਪਣੇ ਤੌਰ 'ਤੇ ਲੜਨ ਜਾ ਰਿਹਾ ਆਜ਼ਾਦ, ਫਿਰ ਇੱਦਾਂ ਜਿੱਦਾਂ ਹੁਣ ਹੋ ਰਿਹਾ ਹੈਗਾ ਪ੍ਰਚਾਰ, ਭੰਡੀ ਪ੍ਰਚਾਰ, ਉਹ ਸਾਰਾ ਕੁਛ ਕੀਤਾ। ਅੱਛਾ, ਉਸ ਤੋਂ ਬਾਅਦ ਆ ਜਾਓ ਜੀ, ਦੋ ਕੁ ਗੱਲਾਂ ਹੋਰ ਰਹਿ ਗਈਆਂ ਜੀ, ਉਸ ਤੋਂ ਬਾਅਦ ਸਮਾਪਤੀ ਵਾਲੇ ਪਾਸੇ ਨੂੰ ਆਪਾਂ ਤੁਰ ਪੈਣਾ। ਉਹਨਾਂ ਦਾ ਕਹਿਣਾ ਹੈਗਾ ਕਿ ਅੰਮ੍ਰਿਤਪਾਲ ਸਿੰਘ ਇਕੱਲੇ ਹੀ ਬਾਹਰ ਆਉਣਾ ਚਾਹੁੰਦਾ, ਮੈਂ ਪਹਿਲਾਂ ਇਹ ਵਾਲੀ ਗੱਲ ਕਰੀ ਹਟਿਆ ਹੈਗਾ, ਸ਼ਾਇਦ ਉਹ ਇਹ ਕਹਿਣਾ ਚਾਹੁੰਦੇ ਸੁਖਬੀਰ ਬਾਦਲ ਹੋਰੀ ਵੀ, ਜੇ ਉਹ ਇਹ ਚਾਹੁੰਦੇ ਹੁੰਦੇ ਅੰਮ੍ਰਿਤਪਾਲ ਸਿੰਘ ਹੋਰੀ ਵੀ ਜਿਹੜੇ ਬਾਕੀ ਸਿੰਘ ਹੈਗੇ ਆ, ਵੀ ਮੈਂ ਚਾਹੁੰਦਾ ਕਿ ਮੇਰੇ ਨਾਲ ਨਾਲ ਉਹ ਵੀ ਬਾਹਰ ਜਾਣ, ਤਾਂ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਹਲਕੇ ਤੋਂ ਇਲੈਕਸ਼ਨ ਲੜਵਾਈ ਜਾ ਸਕਦੀ ਸੀਗੀ, ਉਹਨਾਂ ਬਾਰੇ ਕਿਉਂ ਨਹੀਂ ਸੋਚਿਆ ਗਿਆ? ਤਾਂ ਮੈਂ ਬੇਨਤੀ ਕਰਾਂ, ਇਹ ਤਾਂ ਹੁਣ ਕੱਠਿਆ ਸਿੰਘ ਸਾਰੇ ਜਿਹੜੇ ਦਿਬਰੂਗੜ੍ਹ ਜੇਲ੍ਹ ਦੇ ਅੰਦਰ ਬੰਦ ਵਾ, ਜਿਹੜੇ ਹੋਰ ਪਾਸੇ ਬੰਦ ਹੈਗੇ ਅੰਮ੍ਰਿਤਸਰ ਜਾਂ ਕਿਤੇ ਹੋਰ, ਹੁਣ ਉਹ ਬਿਹਤਰ ਦੱਸ ਸਕਦੇ ਆ, ਇਹ ਸਵਾਲ ਉਹਨਾਂ ਦੇ ਸਾਹਮਣੇ ਵੀ ਜ਼ਰੂਰ ਹੈਗਾ। ਇੱਕ ਐਜ਼ ਏ ਪੱਤਰਕਾਰ ਮੈਂ ਵੀ ਜ਼ਰੂਰ ਰੱਖਦਾ ਭਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਇੱਦਾਂ ਕਿਉਂ, ਬਾਕੀ ਜਿਹੜੇ ਹੋਰ ਸਿੰਘ ਹੈਗੇ ਨੇ ਉਹਨਾਂ ਨੂੰ ਕਿਉਂ ਨਹੀਂ, ਵੀ ਤੁਸੀਂ ਵੀ ਭਾਈ ਕਾਗਜ਼ ਕਿਤੇ ਨਾ ਕਿਤੇ ਭਰ ਦਿਓ, ਇਹ ਸਵਾਲ। ਪਰ ਇਹ ਮੈਂ ਫਿਰ ਪਹਿਲਾਂ ਜਿਹੜਾ ਕਹਿ ਕੇ ਹਟਿਆ ਵੀ ਜਿਹੜੇ ਇਹ ਜਿਹੜੇ ਸਵਾਲ ਵਾ ਨਾ, ਜਾਂ ਸਵਾਲ ਜਾਂ ਉਂਗਲਾਂ ਜਾਂ ਕੋਈ ਕਿਸੇ ਦੇ ਉੱਤੇ ਟੀਕਾ ਟਿੱਪਣੀ,
ਜਿਹੜੇ ਸੰਘਰਸ਼ਾਂ ਦੇ ਰਾਹ ਪਏ ਹੋਏ ਜਿਹੜੇ ਲੋਕ ਹੈਗੇ ਆ, ਉਹ ਤਾਂ ਕਰਦੇ ਇੱਕ ਦੂਜੇ ਦੇ ਉੱਪਰ ਸ਼ੋਭਦੇ ਆ, ਜਿਹੜੇ ਸੰਘਰਸ਼ ਦੇ ਰਾਹ ਕਦੀ ਪਏ ਹੀ ਨਹੀਂ ਜਾਂ ਜਿਹੜੇ ਕੱਲ੍ਹ ਤੱਕ ਪਏ ਸੀਗੇ, ਮੁੜ ਕੇ ਸੰਘਰਸ਼ ਦਾ ਰਾਹ ਛੱਡ ਕੇ ਕੱਚੇ ਲੀਹੇ ਪੈ ਚੁੱਕੇ ਆ, ਫਿਰ ਉਹਨਾਂ ਨੂੰ ਤਾਂ ਨਾ ਹੁਣ ਕੋਈ ਅਧਿਕਾਰ ਰਹਿ ਜਾਂਦਾ। ਹੁਣ ਜਿੱਦਾਂ ਬਲਟਵਾ ਸਾਹਿਬ ਵੀ ਕਹਿੰਦੇ ਹੁੰਦੇ, ਕੱਲ੍ਹ ਤੱਕ ਅਸੀਂ ਸੰਤਾਂ ਦਾ ਸਾਥ ਮਾਣਿਆ, ਅਰੇ ਕੱਲ੍ਹ ਤੱਕ ਸਾਥ ਮਾਣਿਆ ਨਾ, ਉਸ ਤੋਂ ਬਾਅਦ ਫਿਰ ਤੁਸੀਂ ਛੱਡ ਤਾਂ ਗਏ ਆ। ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਿਹੜੇ ਆਹ ਵਾਲੇ ਬਚਨ ਵੀ, ਜਿੱਦਾਂ ਹੁਣ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਊਂਗੀ, ਤੁਸੀਂ ਇਸ ਗੱਲ ਦੇ ਉੱਪਰ ਅੱਜ ਕਿੰਨਾ ਕੁ ਪਹਿਰਾ ਦੇ ਰਹੇ ਹੋ, ਸੋਚ ਕੇ ਵੇਖੋ ਨਾ। ਪਾਰਟੀ ਦੇ ਨਾਲ ਉਹਦੇ ਨਾਲ ਸਾਂਝ ਹੈ। ਔਰ ਸੁਖਬੀਰ ਬਾਦਲ ਜੀ ਨੂੰ ਵੀ ਮੈਂ ਕਹਿਣਾ ਚਾਹੁੰਦਾ, ਪਾਰਟੀ ਤੁਸੀਂ ਕਹਿੰਦੇ ਕਿ ਪੰਥ ਅਤੇ ਪੰਜਾਬ ਦੇ ਵਾਸਤੇ ਕੋਈ ਹੋਰ ਪਾਰਟੀ ਧਿਰਾਂ ਜਿਹੜੀਆਂ ਹੈਗੀਆਂ ਨੇ ਪਾਰਟੀਆਂ, ਉਹ ਵੋਟ ਪੋਲੀਟਿਕਸ, ਉਹ ਕੇਵਲ ਵੋਟਾਂ ਦੀ ਰਾਜਨੀਤੀ ਕਰਦੇ ਆ, ਅਤੇ ਅਸੀਂ ਧਰਮ ਦੀ ਸਿਆਸਤ ਕਰਦੇ ਹਾਂ, ਅਸੀਂ ਪੰਜਾਬ ਅਤੇ ਪੰਥ ਦੇ ਭਲੇ ਦੀ ਸਿਆਸਤ ਕਰਦੇ ਹਾਂ। ਮੈਂ ਇਹਨਾਂ ਨੂੰ ਇਹ ਸਵਾਲ ਕਰਨਾ ਚਾਹੁੰਦਾ, ਪੰਜਾਬ ਅਤੇ ਪੰਥ ਦਾ ਭਲਾ ਤੁਹਾਡੇ ਕਾਰਜਕਾਲ ਦੇ ਦੌਰਾਨ ਕਿੰਨਾ ਕੁ ਹੋਇਆ, ਇਹ ਆਮ ਸਾਰੇ ਲੋਕ ਜਾਣਦੇ ਹੈਗੇ ਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਦੀ ਬੇਅਦਬੀ, ਇਹ ਗੱਲ ਕਹਿ ਸਕਦੇ ਆ ਕਿ ਹੋਰ ਪਾਰਟੀਆਂ ਦਾ ਨਾਂ ਲੈ ਲੈ ਕੇ ਵੀ ਉਹਨਾਂ ਦੇ ਰਾਜ ਵੇਲੇ ਹੋਈ। ਇਹ ਮੈਂ ਆਮ ਲੋਕਾਂ ਨੂੰ ਕਹਿਣਾ ਚਾਹੁੰਦਾ, ਇਹ ਤੁਹਾਨੂੰ ਸੋਚਣਾ ਪੈਣਾ ਕਿ ਇਹਨਾਂ ਦੇ ਰਾਜ ਵੇਲੇ ਵੀ ਹੋਈਆਂ, ਤੁਹਾਨੂੰ ਸੋਚਣਾ ਪੈਣਾ ਕਿ ਸੌਦਾ ਸਾਧ ਕਿਹਨਾਂ ਦੇ ਰਾਜ ਵੇਲੇ ਪ੍ਰਫੁੱਲਿਤ ਹੋਇਆ, ਤੁਹਾਨੂੰ ਸੋਚਣਾ ਪੈਣਾ ਕਿ ਜਿਹੜੇ ਆ ਡੇਰੇ ਹੈਗੇ ਆ ਕਿਹਨਾਂ ਦੇ ਰਾਜ ਦੇ ਵਿੱਚ ਪ੍ਰਫੁੱਲਿਤ ਹੋਏ, ਤੁਹਾਨੂੰ ਸੋਚਣਾ ਪੈਣਾ ਕਿ ਕਿਹਨਾਂ ਦੇ ਰਾਜ ਵੇਲੇ ਕਿਹਨਾਂ ਕਿਹਨਾਂ ਨੂੰ DGP ਲਾਇਆ ਗਿਆ, ਤੁਹਾਨੂੰ ਵੇਖਣਾ ਪੈਣਾ ਕਿ ਕਿਹਨਾਂ ਦੇ ਰਾਜ ਵੇਲੇ ਜਿਹੜੇ ਜਿਹੜੇ ਕੰਮ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮਤੇ ਪਾਸ ਕੀਤੇ ਜਾਂ ਕਰਵਾਏ ਜਾ ਸਕਦੇ ਸੀਗੇ, ਇਹਨਾਂ ਨੇ ਨਹੀਂ ਕਰਵਾਏ ਆਪਣੇ ਰਾਜ ਭਾਗ ਦੇ ਦੌਰਾਨ। ਕੇਂਦਰ ਦੇ ਵਿੱਚ ਇਹਨਾਂ ਦੀ ਭਾਈਵਾਲੀ BJP ਦੇ ਨਾਲ ਜਦੋਂ ਸੀਗੀ, ਕੇਂਦਰ ਦੇ ਵਿੱਚ ਉਹਨਾਂ ਦੀ ਸਰਕਾਰ ਸੀਗੀ ਅਤੇ ਪੰਜਾਬ 'ਚ ਇਹਨਾਂ ਦੀ ਸਰਕਾਰ, ਉਸ ਵੇਲੇ ਕਿੰਨੇ ਵੱਡੇ ਮਸਲੇ ਹੱਲ ਕਰਕੇ ਕਰਵਾ ਸਕਦੇ ਸੀਗੇ, ਪਰ ਇਹਨਾਂ ਨੇ ਨਹੀਂ ਕੀਤੇ, ਨਹੀਂ ਕਰਵਾਏ ਇਹਨਾਂ ਨੇ। ਇਹਦਾ ਮਤਲਬ ਇਹ ਬਣਿਆ, ਜਾਂ ਤਾਂ ਇਹਨਾਂ ਦੀ ਨੀਅਤ ਨਹੀਂ ਹੈਗੀ ਨੰਬਰ ਇੱਕ ਅਤੇ ਨੰਬਰ ਦੋ, ਜਾਂ ਫਿਰ ਇਹਨਾਂ ਨੂੰ ਇਸ ਗੱਲ ਦਾ ਪੱਕਾ ਪਤਾ ਹੈਗਾ ਕਿ ਕੇਂਦਰ ਵਾਲੇ ਨਹੀਂ ਜੇ ਮੰਨਦੇ, ਫਿਰ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੀ ਆ। ਇਹ ਤੋਂ ਇਲਾਵਾ ਫਿਰ ਹੋਰ ਕੀ ਹੈਗਾ ਭਲਾ। ਇੱਥੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਬਕਾ ਕਾਰਜਕਾਰੀ, ਆਪਾਂ ਜਾਣਦੇ ਸਾਰੇ ਜਾਣੇ ਜਥੇਦਾਰ ਭਾਈ ਗੁਰਦੇਵ ਸਿੰਘ ਜੀ, ਕਿਉਂਕਿ ਉਹਨਾਂ ਨੂੰ ਕਿੱਦਾਂ ਥਾਣੇ ਵਿੱਚ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ, ਆਹ ਹੁਣ ਕੱਲ੍ਹ ਤੱਕ ਤਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਲ ਵੀ ਗਏ ਆ, ਸਾਰਾ ਕੁਛ ਸਰੋਪੇ ਪਾਏ ਵੀ ਆ, ਪਵਾਏ ਵੀ ਆ, FIR ਵੀ ਦਰਜ ਕਰਵਾਉਣ ਦੇ ਵਾਸਤੇ ਐਪਲੀਕੇਸ਼ਨ ਵੀ ਲਿਖਵਾਈ ਉਹਨਾਂ ਦੀ ਸਿੰਘਣੀ ਦੇ ਕੋਲੋਂ, ਸਾਰਾ ਕੁਛ ਕੀਤਾ। ਉਸ ਤੋਂ ਬਾਅਦ ਆਹ ਹੁਣ ਇਲੈਕਸ਼ਨ ਜਦੋਂ ਚੱਲ ਰਹੇ ਆ, ਜਥੇਦਾਰ ਕੌਂਕੇ ਜੀ ਦਾ ਨਾਂ ਲੈਣਾ ਵੀ ਮੁਨਾਸਿਬ ਨਹੀਂ ਸਮਝਿਆ ਜਾ ਰਿਹਾ। ਸੌਦਾ ਸਾਹਿਬ ਨੂੰ ਮਾਫ਼ੀ ਕਿਹਨੇ ਦਵਾਈ ਸੀ ਭਲਾ ਜੀ, ਕਿਹਨਾਂ ਦੀ ਸਰਕਾਰ ਵੀ, ਚਲੋ ਛੱਡ ਦਿਓ ਕਹਿੰਦੇ ਸੀ, ਕਿਹਨਾਂ ਨੇ ਦਵਾਈ ਸੀਗੀ ਜੀ ਭਲਾ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਣ ਚੁਣਦਾ ਭਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਤਾਂ ਨਾਲ ਤੁਰੇ ਹੁੰਦੇ ਆ, ਫਿਰ ਕਹਿਣ ਲੱਗ ਪੈਂਦੇ ਨੇ ਜੀ ਉਹ ਉਹਨਾਂ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ। ਮਤਲਬ ਕਮਾਲ ਦੀ ਗੱਲ ਹੀ ਹੈਗੀ ਆ, ਸਾਡੇ ਲੋਕਾਂ ਨੂੰ ਫਿਰ ਵੀ ਕਈਆਂ ਨੂੰ ਲੱਗਣ ਲੱਗ ਪੈਂਦਾ ਇੱਦਾਂ, ਜ਼ਿਆਦਾਤਰ ਲੋਕ ਹੁਣ ਸਮਝ ਚੁੱਕਿਆ ਸਾਰਾ ਕੁਛ, ਹੁਣ ਨਖੇੜਾ ਕਰਨਾ ਸਮਝ ਸਿੱਖ ਗਏ ਹੈਗੇ ਅਤੇ ਕਰਦੇ ਵੀ ਹੈਗੇ ਆ। ਇੱਕ ਗੱਲ ਹੋਰ ਸਮਾਪਤੀ ਵੱਲ ਨੂੰ ਵੱਧਦੇ ਹਾਂ, ਇਹਨਾਂ ਨੇ ਨਾ ਕੱਲ੍ਹ ਇੱਕ ਹੋਰ ਲਫ਼ਜ਼ ਬੋਲਿਆ ਮੋਦੀ। ਅੱਛਾ, ਅੱਗੇ ਕਹਿੰਦੇ ਹੁੰਦੇ ਸੀਗੇ ਸ਼੍ਰੀ ਨਰਿੰਦਰ ਮੋਦੀ ਜੀ, ਸ਼੍ਰੀ ਵੀ ਗਿਆ, ਨਰਿੰਦਰ ਵੀ ਗਿਆ ਅਤੇ ਜੀ ਵੀ ਗਿਆ, ਇਕੱਲਾ ਰਹਿ ਗਿਆ ਮੋਦੀ, ਕਿਉਂ ਭਲਾ? ਉਹੀ ਗੱਲ ਜਿੱਦਾਂ ਪਹਿਲਾਂ ਕਹਿ ਕੇ ਹਟਿਆ, ਸੱਤਾ ਦੀ ਭੁੱਖ, ਸੱਤਾ ਦੀ ਲਾਲਸਾ। ਹੁਣ ਇਹ ਨਹੀਂ ਪਤਾ ਹੈਗਾ ਕਿ ਕੱਲ੍ਹ ਨੂੰ ਹੀ ਕੀ ਹੋ ਜਾਣਾ ਹੈਗਾ ਆ, ਰਾਤ ਨੂੰ ਹੀ ਪਤਾ ਨਹੀਂ ਕੀ ਹੋ ਜਾਣਾ। ਜੇ ਰਾਤ ਨੂੰ ਕੁਛ ਇੱਦਾਂ ਦਾ ਹੋ ਗਿਆ ਨਾ, ਇੱਦਾਂ ਦਾ ਕੋਈ ਐਨ ਅੱਟੀ ਸੱਟੀ ਜੀ ਲੱਗ ਗਈ, ਤਾਂ ਸਵੇਰ ਚੜ੍ਹਦੀ ਨੂੰ ਦੇਖਿਓ ਸ਼੍ਰੀ ਫਿਰ ਆ ਜਾਣਾ, ਨਰਿੰਦਰ ਵੀ ਆ ਜਾਣਾ, ਜੀ ਵੀ ਆ ਜਾਣਾ, ਮੋਦੀ ਤਾਂ ਹੈਗਾ ਹੀ ਸੀਗਾ, ਚਲੋ ਹੁਣ ਵੀ ਹੈਗਾ। ਇਹਨਾਂ ਨੇ ਕੱਲ੍ਹ ਇਕੱਲਾ ਮੋਦੀ ਲਫ਼ਜ਼ ਬੋਲਿਆ ਇਹਨਾਂ ਨੇ, ਕਹਿੰਦੇ ਮੋਦੀ ਇੱਦਾਂ ਕਹਿ ਰਿਹਾ ਕਿ ਮੰਗਲ ਸੂਤਰ ਖੋਲਣਗੇ ਮੁਸਲਮਾਨ ਜੇ ਕਾਂਗਰਸ ਦੀ ਸਰਕਾਰ ਬਣ ਗਈ ਤਾਂ। ਮਤਲਬ ਅੱਜ BJP ਦੇ ਖਿਲਾਫ਼ ਬੋਲ, ਕੱਲ੍ਹ ਤੱਕ ਨਹੀਂ ਸੀ ਇਹਨਾਂ ਨੂੰ ਪਤਾ ਕਿ BJP ਦੇ ਏਜੰਡੇ ਕੀ ਹੈਗੇ ਆ, BJP ਅਤੇ RSS ਦੀ ਜਿਹੜੀ ਵਿਚਾਰਧਾਰਾ ਉਹਨੂੰ ਆਪਣੇ ਮੋਢਿਆਂ ਦੇ ਉੱਪਰ ਲੱਦ ਕੇ ਆਪਣੇ ਕਾਰਜਕਾਲ ਦੇ ਦੌਰਾਨ ਆਪਣੇ ਪੰਜਾਬ ਤੱਕ ਅਤੇ ਇਹ ਲੈ ਕੇ ਆਏ। ਇਹਨਾਂ ਨੇ ਉਸ ਵਿਚਾਰਧਾਰਾ ਨੂੰ, ਉਹਨਾਂ ਦੀ
ਜਿਹੜੀ ਸਿਆਸਤ ਤੋਂ ਆ ਗੰਧਲੀ, ਉਹਨੂੰ ਪੰਜਾਬ ਦੇ ਵਿੱਚ ਆਉਣ ਰੋਕਣ ਦੇ ਲਈ ਕਿੰਨੇ ਕੁ ਭਲਾ ਯਤਨ ਕੀਤੇ, ਜੇ ਕੋਈ ਦੱਸ ਸਕਦਾ ਭਲਾ? ਜਦੋਂ ਤੁਹਾਡੀ ਸਰਕਾਰ ਹੁੰਦੀ ਆ ਉਦੋਂ ਤੁਸੀਂ ਯਤਨ ਕਰ ਸਕਦੇ ਹੁੰਦੇ ਆ, ਕਿੰਨੇ ਕੁ ਕੀਤੇ ਭਲਾ ਯਤਨ ਜੀ ਤੁਸੀਂ? ਪੰਜਾਬ ਦੀ ਧਰਤੀ ਦੇ ਉੱਪਰ ਜਿਹੜੇ ਸਾਡੇ ਸਕੂਲ ਹੈਗੇ ਆ, ਉਹਨਾਂ ਸਕੂਲਾਂ ਦੇ ਵਿੱਚੋਂ ਪੰਜਾਬੀ ਨੂੰ ਮਨਫੀ ਕਰਕੇ ਹੌਲੀ ਹੌਲੀ ਉੱਥੇ ਹਿੰਦੀ ਨੂੰ ਪ੍ਰਮੋਟ ਕੀਤਾ ਜਾ ਰਿਹਾ, ਕਦੀ ਰੋਕਿਆ? ਪੰਜਾਬ ਦੇ ਪਾਣੀ ਕਿਹਨੇ ਲੁਟਾਏ ਭਲਾ, ਦਰਬਾਰ ਸਾਹਿਬ ਦੇ ਉੱਪਰ ਹਮਲਾ, ਕਿੰਨੀਆਂ ਗੱਲਾਂ ਹੈਗੀਆਂ ਨੇ, ਚਿੱਠੀਆਂ ਪਾ ਪਾ ਕੇ ਕਿਹਨੇ ਸਦਵਾਇਆ? ਉਸ ਵੇਲੇ ਪੁਰਾਣੀਆਂ ਗੱਲਾਂ ਹੋ ਗਈਆਂ, ਤਾਜ਼ੀਆਂ ਗੱਲਾਂ ਕਰ ਲਓ, ਸਾਰਾ ਕੁਛ ਤਾਂ ਸਾਰਾ ਕੁਛ ਸਾਰਿਆਂ ਦੇ ਸਾਹਮਣੇ ਆ। ਜੇ ਹੋਰ ਨਹੀਂ ਕੁਛ, ਸੱਚੇ ਹੋਣ ਵਾਸਤੇ ਹੀ ਸਹੀ, ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ, ਬੇਅਦਬੀਆਂ ਦੇ ਦੋਸ਼ੀਆਂ ਦੇ ਸੰਬੰਧ ਵਿੱਚ, ਕੇਂਦਰ ਦੀ ਸਰਕਾਰ ਵੱਲੋਂ ਹੋਏ ਧੱਕਿਆਂ ਦੇ ਸੰਬੰਧ ਵਿੱਚ ਤੁਸੀਂ ਕੋਈ ਮਤਾ ਪਾਸ ਕੀਤਾ ਜਾਂ ਕੀਤਾ ਜੋ ਤੁਹਾਡੀ ਆਪਦੀ ਸਰਕਾਰ ਸੀਗੀ? ਨਹੀਂ ਕੀਤਾ। ਸੋ ਆ ਜਾ ਕੇ ਸਮਾਪਤੀ ਕਰਦੇ ਆਪਾਂ, ਤਕਰੀਬਨ ਉਹ ਗੱਲਾਂ ਜਿਹੜੀਆਂ ਕੱਲ੍ਹ ਉਹਨਾਂ ਨੇ ਬੋਲੀਆਂ ਮੈਂ ਸਾਰੀਆਂ ਕਰ ਹੀ ਚੁੱਕਾ ਹੈਗਾ ਹਾਂ। ਮੈਂ ਫਿਰ ਦੁਬਾਰਾ ਇਹ ਗੱਲ ਕਹਿੰਦਾ ਕਿ ਭਾਈ ਅੰਮ੍ਰਿਤਪਾਲ ਸਿੰਘ, ਜੇ ਭਾਈ ਤੁਸੀਂ ਕਹਿੰਦੇ ਹੋ ਕਿ ਨਸ਼ੇ ਛਡਾਉਂਦਾ ਸੀ, ਕੱਲ੍ਹ ਨਸ਼ੇ ਛਡਾਉਣ ਦੀ ਗੱਲ ਕਰਦਾ ਸੀਗਾ, ਅੰਮ੍ਰਿਤ ਛਕਾਉਣ ਦੀ ਗੱਲ ਕਰਦਾ ਸੀਗਾ, ਭਾਈ ਨਸ਼ੇ ਛਡਾਉਣ, ਭਾਈ ਨਸ਼ੇ ਛਡਾਉਣ ਦੀ ਗੱਲ ਕਰਨ ਵਾਲਾ ਅੱਜ ਮੈਂਬਰ ਪਾਰਲੀਮੈਂਟ। ਅੱਛਾ, ਜਿੱਦਾਂ ਤੁਸੀਂ ਭਾਈ ਸੋਚਦੇ ਹੋ ਸੁਖਬੀਰ ਬਾਦਲ ਜੀ, ਇੱਦਾਂ ਹੀ ਜੇ ਕੋਈ ਹੋਰ ਨੌਜਵਾਨ ਵੀ ਸੋਚ ਲਵੇ, ਤੁਸੀਂ ਵੀ ਤਾਂ ਇੱਦਾਂ ਹੀ ਸੋਚਦੇ ਆ ਨਾ, ਭਾਈ ਨਸ਼ੇ ਛੁੱਟਣ ਕਿ ਨਹੀਂ ਛੁੱਟਣ, ਜਾਂ ਸੋਚਣੋਂ ਹਟ ਗਏ ਹੋ ਆ, ਦੱਸਿਓ ਮਾੜਾ ਜਿਹਾ। ਤੁਸੀਂ ਵੀ ਤਾਂ ਸੋਚਦੇ ਹੀ ਆ ਨਾ, ਇਹ ਗੱਲ ਕਹਿੰਦੇ ਵੀ ਹੈਗੇ ਆ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਹੈ, ਸਾਰੇ ਸੋਚਦੇ ਆ। ਫਿਰ ਤੁਸੀਂ ਇਹ ਵੀ ਸੋਚਦੇ ਆ ਕਿ ਜੇ ਸਾਡੇ ਕੋਲ ਸੱਤਾ ਹੋਵੇ, ਸਾਡੇ ਕੋਲ ਪਾਵਰ ਹੋਵੇ, ਫਿਰ ਅਸੀਂ ਵਧੀਆ ਤਰੀਕੇ ਦੇ ਨਾਲ ਕੰਮ ਕਰ ਸਕਦੇ ਹਾਂ, ਅਸੀਂ ਨਸ਼ਾ ਪੱਕੇ ਤੌਰ 'ਤੇ ਬੰਦ ਕਰਵਾ ਸਕਦੇ ਹਾਂ। ਹਾਲਾਂਕਿ ਜਦੋਂ ਤੁਸੀਂ ਜਿੱਤੇ, ਜਦੋਂ ਤੁਹਾਡੀ ਸਰਕਾਰ ਰਹੀ, ਤੁਸੀਂ ਇੱਦਾਂ ਦਾ ਕੁਝ ਵੀ ਨਹੀਂ ਕੀਤਾ। ਤੁਹਾਡੀ ਸਰਕਾਰ ਹੋਵੇ ਪੰਜਾਬ ਦੇ ਵਿੱਚ, ਪੰਜਾਬ ਦੇ ਵਿੱਚ ਨਸ਼ਾ ਐਂਟਰ ਕਿੱਦਾਂ ਹੋ ਜਾਵੇ, ਤੁਸੀਂ ਦੱਸੋ ਭਲਾ ਜੀ? ਜਾਂ ਤੁਹਾਡੀ ਨੀਅਤ ਨਹੀਂ, ਜਾਂ ਤੁਹਾਨੂੰ ਪਤਾ ਕਿ ਤੁਸੀਂ ਸਰਕਾਰ ਬਣਾ ਕੇ ਵੀ ਕੁਛ ਨਹੀਂ ਕਰ ਪਾਉਂਦੇ। ਜੇ ਸਰਕਾਰ ਬਣਾ ਕੇ ਵੀ ਕੁਛ ਨਹੀਂ ਕਰ ਪਾਉਂਦੇ, ਇਹਦਾ ਮਤਲਬ ਫਿਰ ਇਹ ਬਣਿਆ ਕਿ ਸਰਕਾਰ ਭਾਵੇਂ ਜਿਹਦੀ ਮਰਜ਼ੀ ਬਣ ਜਾਵੇ ਪੰਜਾਬ ਦੇ ਵਿੱਚ, ਅਗਲੇ ਜੋ ਚਾਹੁਣਗੇ ਉੱਪਰ ਵਾਲੇ ਉਹੀ ਹੋਊਗਾ ਪੰਜਾਬ ਦੇ ਵਿੱਚ। ਜਾਂ ਫਿਰ ਇਸ ਸਾਰੀ ਗੱਲਬਾਤ ਤੋਂ ਇਹ ਗੱਲ ਸਿੱਖ ਲੈਣੀ ਚਾਹੀਦੀ ਆ ਵੀ ਅਗਲੇ ਜੋ ਚਾਹੁਣਗੇ ਉਹੀ ਹੋਊਗਾ। ਪਰ ਫਿਰ ਵੀ ਜੇ ਭਾਈ ਸਾਹਿਬ ਤੁਹਾਨੂੰ ਹੱਕ ਹੈਗਾ ਨਾ, ਸੁਖਵੀਰ ਭਾਈ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਹਾਨੂੰ ਹੱਕ ਹੈਗਾ ਇਸ ਗੱਲ ਦਾ ਨਾ ਭਾਜੀ, ਭਈ ਇਲੈਕਸ਼ਨ ਲੜ ਕੇ ਜਿੱਤ ਕੇ ਤਾਕਤ ਹੱਥ ਦੇ ਵਿੱਚ ਜਦੋਂ ਆਜੂਗੀ, ਫਿਰ ਨਸ਼ੇ ਬਿਹਤਰ ਤਰੀਕੇ ਨਾਲ ਛੁਡਾਏ ਜਾ ਸਕਦੇ ਆ ਅਤੇ ਹੋਰ ਵਧੀਆ ਕੰਮ ਕੀਤੇ ਜਾ ਸਕਦੇ ਆ। ਤਾਂ ਇੱਦਾਂ ਭਾਈ ਕੋਈ ਹੋਰ ਵੀ ਸੋਚ ਸਕਦਾ ਆ, ਅੰਮ੍ਰਿਤਪਾਲ ਸਿੰਘ ਵੀ ਸੋਚ ਸਕਦਾ ਆ, ਕੋਈ ਹੋਰ ਵੀ ਸੋਚ ਸਕਦਾ ਆ। ਤੁਸੀਂ ਕਿਸੇ ਹੋਰ ਦੀ ਸੋਚ ਦੇ ਉੱਪਰ ਇੱਦਾਂ ਪਾਬੰਦੀ ਨਹੀਂ ਲਾ ਸਕਦੇ ਹੈਗੇ, ਇੱਦਾਂ ਸਾਰਾ ਕੁਛ ਕੀਤਾ ਜਾ ਸਕਦਾ ਆ। ਫਿਰ ਇੱਕ ਗੱਲ ਇਹਨਾਂ ਨੇ ਹੋਰ ਬੋਲੀ ਸੀ, ਮੈਂ ਵਿੱਚ ਦੋ ਵਾਰੀ ਕਹਿ ਚੁੱਕਾ, ਤਿੰਨ ਕੁ ਵਾਰੀ ਵੀ ਮੈਂ ਸਮਾਪਤੀ ਵੱਲੋਂ ਵਾਧਾ ਸੱਜਣਾ ਨੇ ਕਹਿਣਾ ਬਈ ਅਗਲੀ ਗੱਲ ਹੋਰ ਵਿੱਚ, ਅਸਲ 'ਚ ਕਈ ਗੱਲਾਂ ਬਹੁਤ ਹੋਈਆਂ ਕੱਲ੍ਹ। ਕੱਲ੍ਹ ਕਹਿੰਦੇ ਕਿ ਜਦੋਂ ਹਲਕਾ ਸੰਗਰੂਰ ਦੇ ਵਿੱਚ ਪਿਛਲੀ ਵਾਰੀ ਇਲੈਕਸ਼ਨ ਹੋ ਕੇ ਹਟਿਆ ਜਦੋਂ, ਅਤੇ ਉਦੋਂ ਕਹਿੰਦੇ ਸਿਮਰਜੀਤ ਸਿੰਘ ਮਾਨ ਹੋਰਾਂ ਨੇ, ਮੈਂ ਘਰੇ ਗਿਆ ਸੀਗਾ, ਮੈਂ ਜਾ ਕੇ ਕਿਹਾ ਸੀਗਾ ਕਿ ਬਲਵੰਤ ਸਿੰਘ ਰਾਜੋਆਣਾ ਜੀ ਦੀ ਭੈਣ ਬੀਬੀ ਕਮਲਦੀਪ ਕੌਰ ਇਲੈਕਸ਼ਨ ਲੜ ਰਹੇ ਆ ਅਤੇ ਤੁਸੀਂ ਇੱਥੋਂ ਹਟ ਜਾਓ। ਕਹਿੰਦੇ ਉਹ ਨਹੀਂ ਸੀ ਹਟੇ, ਹੁਣ ਇੱਥੇ ਹਲਕਾ ਖਡੂਰ ਸਾਹਿਬ ਦੇ ਨਾਲ ਤੁਲਨਾ ਕਰ ਰਹੇ ਆ ਬਈ। ਕਹਿੰਦੇ ਜਦੋਂ ਇੱਥੇ ਹੁਣ ਵਲਟੋਆ ਜੀ ਅਤੇ ਜਦੋਂ ਮੈਂ ਇੱਦਾਂ, ਤਾਂ ਮੈਂ ਉੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਸੁਖਬੀਰ ਬਾਦਲ ਜੀ, ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਕਿ ਤੁਸੀਂ ਸੰਗਰੂਰ ਤੋਂ ਇਲੈਕਸ਼ਨ ਲੜਵਾ ਕੇ ਉਹਨੂੰ ਰਹੇ ਸੀ ਅਤੇ ਕਿਹਦੇ ਚੋਣ ਨਿਸ਼ਾਨ 'ਤੇ ਤੁਸੀਂ ਆਪਣੀ ਪਾਰਟੀ ਵੱਲੋਂ ਉਹਨਾਂ ਨੂੰ ਇਲੈਕਸ਼ਨ ਲੜਵਾ ਰਹੇ ਹਾਂ, ਤੁਸੀਂ ਉਹਨਾਂ ਦੀ ਪੂਰੀ ਰਜਮੀ ਸਪੋਰਟ ਕਰ ਰਹੇ ਹਾਂ, ਕਿਹਨਾਂ ਦੀ ਭਲਾ, ਜਿਹੜੇ ਤੁਹਾਡੇ ਹੱਕ ਦੇ ਵਿੱਚ ਕਈ ਵਾਰ ਬੋਲ ਚੁੱਕੇ ਸੀਗੇ, ਇੱਦਾਂ ਹੀ ਸੀਗਾ ਨਾ ਜੀ? ਤਾਂ ਇੱਦਾਂ ਦੇ ਹਾਲਾਤਾਂ ਦੇ ਵਿੱਚ ਮੈਂ ਸਵਾਲ ਕਰਦਾ ਇੱਕ ਵੀ ਸਰਦਾਰ ਸਿਮਰਨ ਸਿੰਘ ਮਾਨ ਹੋਣੀ ਉਹ ਕਿਉਂ ਮੰਨ ਜਾਂਦੇ ਭਲਾ? ਇਹ ਇੱਕ ਸਵਾਲ ਹੈਗਾ ਵੀ ਫਿਰ ਉਹ ਕਿੱਦਾਂ ਮੰਨ ਜਾਂਦੇ ਭਲਾ, ਜਾਂ ਕਿਉਂ ਮੰਨ ਜਾਂਦੇ ਉਹ? ਇੱਦਾਂ ਹੀ ਹੁਣ ਉੱਥੋਂ ਦੀ ਹਲਕਾ ਸੰਗਰੂਰ ਵਾਲੀ ਇਸ ਗੱਲ ਦੇ ਆਧਾਰ ਦੇ ਉੱਪਰ ਤੁਸੀਂ ਹਲਕਾ ਖਡੂਰ ਸਾਹਿਬ ਦੇ ਨਾਲ ਤੁਲਨਾ ਨਹੀਂ ਕਰ ਸਕਦੇ।
ਨਹੀਂ ਕਰ ਸਕਦੇ, ਨਹੀਂ ਕੀਤੀ ਜਾ ਸਕਦੀ, ਕਿਉਂਕਿ ਇੱਥੇ ਵੀ ਬਲਟੋਆ ਤੁਹਾਡੀ ਪਾਰਟੀ ਦੇ ਵੱਲੋਂ ਹੀ ਹੈ। ਔਰ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਬਲਟੋਆ ਜੀ ਨੇ ਜਿੱਦਾਂ ਕਿਹਾ ਸੀਗਾ ਕਿ ਪਰਿਵਾਰਕ ਮੈਂਬਰਾਂ ਨੇ ਸਾਨੂੰ ਕਿਹਾ ਸੀਗਾ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਵੀ ਜੇ ਤੁਸੀਂ ਇਲੈਕਸ਼ਨ ਲੜੋਗੇ ਤਾਂ ਅਸੀਂ ਤੁਹਾਨੂੰ ਸਪੋਰਟ ਕਰਾਂਗੇ, ਤੁਹਾਡੇ ਵਾਸਤੇ ਪ੍ਰਚਾਰ ਕਰਾਂਗੇ, ਤਾਂ ਕਹਿੰਦੇ ਰਾਤੋਂ ਰਾਤ ਫਿਰ ਪਤਾ ਨਹੀਂ ਕੀ ਹੋ ਗਿਆ। ਹੁਣ ਰਾਤੋਂ ਰਾਤ ਪਤਾ ਨਹੀਂ ਕੀ ਹੋ ਗਿਆ, ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ, ਇਹ ਰਾਤੋਂ ਰਾਤ ਕੀ ਹੋ ਗਿਆ, ਇੱਦਾਂ ਕਿਉਂ ਹੋ ਗਿਆ, ਅੰਮ੍ਰਿਤਪਾਲ ਸਿੰਘ ਨੂੰ ਇੱਦਾਂ ਨਹੀਂ ਕਰਨਾ ਚਾਹੀਦਾ। ਵੋਟ ਪੋਲੀਟਿਕਸ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨਹੀਂ ਨਿਕਲ ਸਕਦੀਆਂ ਜਿਹੜੀਆਂ ਅੰਮ੍ਰਿਤਪਾਲ ਸਿੰਘ ਹੋਰੀ ਇਹਦੇ ਵਿੱਚੋਂ ਕੱਢਣਾ ਚਾਹੁੰਦੇ ਆ। ਇਸ ਤੋਂ ਇਲਾਵਾ ਕੋਈ ਹੋਰ ਵੱਡੀਆਂ ਵੱਡੀਆਂ ਗੱਲਾਂ ਅਤੇ ਤਿੱਖੀਆਂ ਤਿੱਖੀਆਂ ਗੱਲਾਂ ਕਰਨ ਦਾ ਹੱਕ ਕੇਵਲ ਅਤੇ ਕੇਵਲ ਉਹਨਾਂ ਨੂੰ ਹੀ ਆ ਬਈ। ਮੈਂ ਪੰਜਵੀਂ ਛੇਵੀਂ ਵਾਰੀ ਕਹਿਣ ਲੱਗਾ, ਜਿਹੜੇ ਆਜ਼ਾਦੀ ਦੇ ਰਾਹੇ ਜਾਂ ਜਿਹੜੇ ਸੰਘਰਸ਼ ਦੇ ਰਾਹੇ ਪਏ ਹੋਏ ਆ, ਜਿਹੜੇ ਉਹਨਾਂ ਰਾਹਾਂ ਤੋਂ ਭਟਕ ਚੁੱਕੇ ਨੇ ਜਾਂ ਉਹਨਾਂ ਰਾਹਾਂ ਨੂੰ ਛੱਡ ਕੇ ਕਿੱਧਰੇ ਹੋਰ ਪਾਸੇ ਜਾ ਚੁੱਕੇ ਆ, ਉਹਨਾਂ ਨੂੰ ਇਸ ਕਿਸਮ ਦੀਆਂ ਗੱਲਾਂ ਕਰਨ ਦਾ ਕੋਈ ਹੱਕ ਨਹੀਂ ਰਹਿ ਜਾਂਦਾ, ਇੱਦਾਂ ਮੈਨੂੰ ਲੱਗਦਾ। ਦਰਸ਼ਕੋ, ਤੁਹਾਨੂੰ ਕੀ ਲੱਗਦਾ? ਤੁਸੀਂ ਵੀ ਜ਼ਰੂਰ ਕਮੈਂਟ ਕਰਕੇ ਆਪਣੀ ਰਾਏ ਦਿਓ। ਬਹੁਤ ਬਹੁਤ ਧੰਨਵਾਦ।